ਇੰਗਲੈਂਡ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ ਇੱਥੋਂ ਦਾ ਬਹੁਤ ਸੋਹਣਾ ਜਿਹਾ ਸ਼ਹਿਰ ਬਰਮਿੰਘਮ, ਜਿਹਦੇ ਬਾਰੇ ਤੁਸੀਂ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਜਾਂ ਪੰਜਾਬੀ ਫਿਲਮਾਂ ਦੇ ਵਿੱਚ ਜ਼ਿਕਰ ਸੁਣਿਆ ਹੋਣਾ। ਅਤੇ ਫਿਲਹਾਲ ਅਸੀਂ ਆਪਣੀ ਭੈਣ ਦੇ ਘਰ ਲਿਵਰਪੂਲ, ਅਤੇ ਇੱਥੋਂ ਬਰਮਿੰਘਮ ਕੋਈ 1.5 ਘੰਟੇ ਦਾ ਰਸਤਾ ਹੈ, ਅਤੇ ਸਾਰੀ ਫੈਮਿਲੀ ਤਿਆਰ ਹੋ ਰਹੀ ਹੈ ਅਤੇ ਫਿਰ ਅਸੀਂ ਅੱਜ ਨਿਕਲਦੇ ਹਾਂ। ਅਤੇ ਬਰਮਿੰਘਮ ਦਾ ਜਿਹੜਾ ਸੋ ਰੋਡ ਹੈ ਜਿਹੜਾ ਬਹੁਤ ਹੀ ਮਸ਼ਹੂਰ ਹੈ, ਅਤੇ ਉਹਦੇ 'ਤੇ ਗੇੜੇ ਦੇਵਾਂਗੇ। ਪਰਲੇ ਪਾਸੇ ਥੋੜ੍ਹਾ ਜਿਹਾ ਤੁਹਾਨੂੰ ਗੇੜਾ ਦਵਾ ਲਿਆਵਾਂ ਅਤੇ ਮੌਸਮ ਦਾ ਅੱਜ ਹਾਲ ਚਾਲ ਦੇਖਦੇ ਹਾਂ ਅਤੇ ਬਾਹਰੇ ਮੌਸਮ ਕਿਹੋ ਜਿਹਾ। ਵੈਸੇ ਤਾਂ ਕੋਈ ਨਵੀਂ ਗੱਲ ਨਹੀਂ, ਰੋਜ਼ ਹੀ ਇੱਥੇ ਪੁੱਜ ਕੇ ਜ਼ਿਆਦਾ ਠੰਡ ਪੈਂਦੀ ਹੈ, ਪਰ ਕਦੇ ਕਦੇ ਐਂ ਹੁੰਦਾ ਵੀ ਜੇ ਸੂਰਜ ਦੇਖਣ ਨੂੰ ਮਿਲ ਜੇ ਤਾਂ ਬਹੁਤਾ ਜ਼ਿਆਦਾ ਵਧੀਆ। ਅਤੇ ਇਹੋ ਜਿਹਾ ਕੁਛ ਆਲਾ ਦੁਆਲਾ ਬਾਹਰਲੇ ਪਾਸੇ ਦਾ, ਘਰ ਬਾਰ ਸਾਰੇ ਇੱਥੇ ਇੱਕੋ ਜਿਹੇ ਬਣੇ ਹੁੰਦੇ ਆ ਯਾਰ, ਕੋਈ ਫਰਕ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਇਕੁਐਲਿਟੀ ਹੁੰਦੀ ਆ ਸਾਰੇ ਕਿਤੇ। ਜਿਹੜਾ ਨਾ ਇਹ ਸ਼ਹਿਰ ਹੈ ਲਿਵਰਪੂਲ, ਅਤੇ ਇੱਥੇ ਆਪਣੀ ਪੰਜਾਬੀ ਵਸੋਂ ਬਹੁਤ ਜ਼ਿਆਦਾ ਘੱਟ ਹੈ, ਅਤੇ ਭੈਣ ਦੀ ਜੌਬ ਇੱਥੇ ਸੀਗੀ NHS ਨੈਸ਼ਨਲ ਹੈਲਥ ਸਰਵਿਸ ਆ ਜਿਹੜਾ, ਤਾਂ ਕਰਕੇ ਇੱਥੇ ਸ਼ਿਫਟ ਹੋ ਗਏ। ਵੈਸੇ ਮਾਮਾ ਜੀ ਵਰਗੇ ਤੁਹਾਨੂੰ ਦਿਖਾਈ ਸੀ ਉਹ ਲਿਵਰਪੂਲ ਰਹਿੰਦੇ, ਅਤੇ ਥੋੜ੍ਹਾ ਜਿਹਾ ਅੰਗਰੇਜ਼ਾਂ ਦੇ ਵਾਲਾ ਟਾਈਪ ਮਾਹੌਲ ਹੈ ਇੱਥੇ, ਅਤੇ ਫੈਮਿਲੀਜ਼ ਘੱਟ ਹੋਣ ਕਰਕੇ ਬਹੁਤ ਸੋਹਣੀ ਅਤੇ ਸ਼ਾਂਤ ਜੀ ਜ਼ਿੰਦਗੀ ਹੈ ਇੱਧਰਲੇ ਪਾਸੇ। ਅਤੇ ਬਰਮਿੰਘਮ 'ਚ ਹੋਪ ਸੋ ਅੱਜ ਆਪਾਂ ਨੂੰ ਫਿਰ ਪੰਜਾਬੀ ਪਰਿਵਾਰ ਹੈ ਜਿਹੜੇ ਸਾਰੇ ਉਹ ਦੇਖਣ ਨੂੰ ਮਿਲਣਗੇ। ਛੇਤੀ ਛੇਤੀ ਨਿਕਲੀਏ ਅਤੇ ਸ਼ੁਰੂ ਕਰੀਏ ਅੱਜ ਦਾ ਸਫ਼ਰ। ਸ਼ੁਕਰ ਹੈ ਸੰਗਤਾਂ ਨਿਕਲੇ ਆਈਆਂ, ਮੈਨੂੰ ਤਾਂ ਅਸੀਂ ਲੇਟ ਵਾਹਵਾ ਕਰਾਉਣਗੇ। ਉਹ ਤੁਸੀਂ ਤਾਂ ਸਮਾਨ ਹੈ ਚੱਕੀ ਜਾਂਦੇ ਹੋ ਜਿਵੇਂ ਪਿਕਨਿਕ 'ਤੇ ਚੱਲੇ, ਪਿਕਨਿਕ 'ਤੇ ਜਿਵੇਂ ਬਾਹਲੇ ਦਿਨ ਰਹਿ ਕੇ ਆਉਣਾ ਹੁੰਦਾ, ਆਪਾਂ ਫੈਮਿਲੀਜ਼ ਨੂੰ ਵੀ ਮਿਲ ਕੇ ਆਉਣਾ ਉੱਥੇ। ਓਬਵੀਅਸਲੀ ਅਸੀਂ ਤਾਂ ਤਿਆਰੀ ਕਰ ਰਹੇ ਹਾਂ ਉਸ ਹਿਸਾਬ ਨਾਲ। ਅੱਛਾ, ਆਪਣੇ ਕੱਪੜੇ ਸਦੀਪ ਮਿਲ ਕੇ ਆਉਣਾ ਫੈਮਿਲੀਜ਼ ਨੂੰ। ਫਿਰ ਤਾਂ ਪ੍ਰੈਜ਼ੈਂਟ ਵਗੈਰਾ ਵੀ ਦੇਣੇ ਆ, ਆਪਾਂ ਖਾਲੀ ਹੱਥ ਥੋੜਾ ਜਾਵਾਂਗੇ। ਇੱਥੇ ਨਾ ਇਹ ਰਿਵਾਜ ਹੈ ਜਦੋਂ ਆਪਾਂ ਕਿਸੇ ਦੇ ਘਰੇ ਜਾਈਦਾ ਖਾਲੀ ਹੱਥ ਨਹੀਂ ਜਾਂਦੇ, ਜਿਵੇਂ ਆਪਣੇ ਤਾਂ ਲੈ ਕੇ ਕੇਲਿਆਂ ਦੀ ਇੱਕ ਦਰਜਨ ਕਹਿ ਦਿੰਦੇ ਨੇ ਆ ਗਏ ਜੀ, ਕੇਲੇ ਦੀ ਦਰਜਨ ਨਹੀਂ ਲੈ ਕੇ ਜਾਣੀ ਇੱਥੇ। ਚਲੋ ਠੀਕ ਹੈ ਜੀ, ਰੱਖ ਲਓ ਸਮਾਨ। ਬਾਈ ਤਿਆਰ ਹੋ ਗਏ? ਬਾਈ ਜੀ ਆ ਜਾਓ। ਲੱਗਦਾ ਬਈ ਰਹਿਣ ਦਾ ਪਲਾਨ ਹੈ ਉੱਥੇ, ਇਸੇ ਕਰਕੇ ਸ਼ਾਇਦ ਸਮਾਨ ਸਮੂਨ ਨਾਲ ਚੱਕ ਕੇ ਲੈ ਕੇ ਜਾ ਰਹੇ ਹੈ ਸੰਦੀਪ। ਹਾਂ, ਮੈਨੂੰ ਇਹ ਵੀ ਚੱਲ ਇੱਕ ਨਾਈਟ ਰਹਾਂਗੇ ਆਪਾਂ। ਹਾਂ, ਤੇ ਨਾਲ ਮੇਰੇ ਫਰੈਂਡਸ ਵੀ ਨੇਗੀਆਂ, ਉਹਨਾਂ ਨੂੰ ਮਿਲੇ ਆਵਾਂਗੇ, ਉਹ ਤੁਹਾਡੇ ਬਲੌਗ ਦੇਖਦੀਆਂ ਨੇ, ਉਹ ਵੀ ਮੈਨੂੰ ਮੈਸੇਜ ਕਰਦੀਆਂ ਨੇ। ਹਾਂ, ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਲਾਂਗੇ। ਗੁਰਦੁਆਰਾ ਸਾਹਿਬ ਕਿੰਨੇ ਉੱਥੇ? ਉੱਥੇ ਮੇਨ ਤਾਂ ਮੈਂ ਤਾਂ ਦੋ ਹੀ ਪਤਾ ਮੈਨੂੰ ਜ਼ਿਆਦਾ ਤਾਂ। ਅੱਛਾ, ਜ਼ਿਆਦਾਤਰ ਅਸੀਂ ਦੋ ਚੀਜ਼ ਜਾਂਦੇ ਹੁੰਦੇ ਹਾਂ, ਇੱਕ ਸੋਹ ਰੋਡ ਤੇ ਇੱਕ ਸਮੈਦਕ ਜਾਂਦੇ ਹਾਂ। ਠੀਕ ਹੈ, ਸੋਹ ਰੋਡ ਵਾਲਾ ਤਾਂ ਅੱਜ ਹੀ ਦੇਖ ਲਾਂਗੇ, ਉਹ ਅੱਜ ਦੇਖ ਲਾਂਗੇ। ਹਾਂ, ਬਾਕੀ ਆਪਾਂ ਤਾਂ ਪੁੱਛ ਵੀ ਲਵਾਂਗੇ ਨਾ ਵੀ ਹੋਰ ਚੀਜ਼ ਕੀ ਆ ਦੇਖਣ ਨੂੰ। ਠੀਕ ਹੈ, ਤੇ ਨਾਈਟ ਸਟੇ ਕਰ ਆਵਾਂਗੇ, ਨਾਲੇ ਫੈਮਿਲੀਜ਼ ਨੂੰ ਮਿਲ ਆਵਾਂਗੇ ਉੱਥੇ। ਚਲੋ ਠੀਕ ਹੈ, ਤੇ ਬਾਕੀ ਜਿਹੋ ਜਾਲਾ ਦਵਾਲਾ ਹੋਊਗਾ ਸਾਰਾ ਜੀ ਤੁਹਾਨੂੰ ਦਿਖਾਉਂਦੇ ਆ ਜਾ। ਇਹ ਸਾਡੇ ਬਾਈ ਜੀ ਹਰਜਿੰਦਰ ਸਿੰਘ, ਇਹ ਕੈਮਰਾ ਫਰੈਂਡਲੀ ਘੱਟ ਨੇਗੇ ਬਾਈ, ਮੈਨੂੰ ਘੱਟ ਹੀ ਲਿਆ ਕਰ, ਸੰਗ ਲੱਗਦੀ ਆ ਇਹ ਕਹਿੰਦੇ ਮੈਨੂੰ ਸੰਗ ਲੱਗਦੀ ਆ। ਤੇ ਚਲੋ ਠੀਕ ਹੈ, ਤੁਹਾਨੂੰ ਜਦੋਂ ਮੇਰਾ ਕੰਮ ਖਤਮ ਹੋ ਜਾਇਆ ਕਰੋ ਫਿਰ ਉਦੋਂ ਆ ਜਾਇਆ ਕਰੋ ਤੁਸੀਂ। ਨਾ ਨਾ, ਤਾਂ ਖੜੇ ਸੀਗੇ ਵੀ ਸਾਰਿਆਂ ਦਾ ਜਦੋਂ ਕੰਮ ਨਿਬੜ ਗਿਆ ਤੇ ਮੈਂ ਫਿਰ ਬਾਹਰੇ ਆਉਣਾ। ਹਾਂ, ਸਾਊ ਪਰਾਹੁਣੇ ਨੇ ਸਾਡੇ। ਚਲੋ ਬਾਈ ਆ ਜਾਓ, ਚਲੋ 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 ਬੈਠੋ। ਲਓ ਜੀ, ਫਾਈਨਲੀ ਇੱਕ ਲੰਬੇ ਸਫ਼ਰ ਬਾਅਦ ਅਤੇ ਲੰਬੀ ਤਮੰਨਾ ਪੂਰੀ ਹੋਣ ਜਾ ਰਹੀ ਹੈ। ਬਰਮਿੰਘਮ ਦਾ ਸੋ ਰੋਡ ਜਿਹੜਾ ਅਸੀਂ ਵੀ ਕਦੇ ਤੁਹਾਡੇ ਵਾਂਗੂ ਸੁਣਦੇ ਹੁੰਦੇ ਸੀ ਗਾਣਿਆਂ 'ਚ, ਅੱਜ ਤੁਹਾਨੂੰ ਦਿਖਾਉਂਦੇ ਹਾਂ ਅਤੇ ਨਾਲੇ ਆਪ ਦੇਖਦੇ ਹਾਂ। ਲੈ ਵੀ ਸਭ ਤੋਂ ਪਹਿਲਾਂ ਸਾਨੂੰ ਇੱਥੇ ਜਿਹੜੀ ਚੀਜ਼ ਨਜ਼ਰੀ ਪਈ ਹੈ ਮੈਂ ਕਿਹਾ ਤੁਹਾਨੂੰ ਨਾਲ ਦਿਖਾ ਦਈਏ, ਅਤੇ ਉਹ ਹੈਗਾ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪੋਸਟਰ ਸੀਗਾ, ਮੈਂ ਭੈਣ ਨੂੰ ਕਿਹਾ ਜਾਂਦੇ ਹਾਂ ਮੈਂ ਕਿਹਾ ਇੱਥੇ ਗੱਡੀ ਰੋਕ,
ਵੈਸੇ ਅਸੀਂ ਜਾਣਾ ਸੀਗਾ ਅੱਗੇ, ਅਤੇ ਅੱਗੇ ਗੁਰਦੁਆਰਾ ਸਾਹਿਬ ਪੈਂਦਾ ਹੈਗਾ ਬਰਮਿੰਘਮ ਦਾ, ਅਤੇ ਜਿਵੇਂ ਸਵੇਰੇ ਭੈਣ ਨੇ ਦੱਸਿਆ ਸ਼ਾਇਦ ਦੋ ਪੈਂਦੇ, ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਆ, ਅਤੇ ਅਟਰਬਿਊਟ ਕੀਤਾ ਹੋਇਆ ਸਪੈਸ਼ਲ। ਇਹਦੀ ਮੈਂ ਪਹਿਲਾਂ ਨਾ ਵੀਡੀਓ ਦੇਖੀ ਸੀ ਇੱਕ ਵਾਰ ਇਹ ਰੈਸਟੋਰੈਂਟ ਦੀ, ਅਤੇ ਫਾਈਨਲੀ ਅੱਜ ਆ ਵੀ ਗਏ। ਰਿਪਨ ਟਰੈਕਟਰ ਵੀ ਲਾਇਆ? ਹਾਂਜੀ, ਉੱਪਰ ਟਰੈਕਟਰ ਵੀ ਖੜਾਇਆ ਹੋਇਆ ਨਾ। ਗਾਣੇ ਵੀ ਨੇ? ਗਾਣੇ ਵੀ ਮੂਸੇ ਵਾਲੇ ਦੇ ਚੱਲਦੇ ਆ, ਦੇਖੋ ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਖਾਸਾ ਜ਼ੋਰ ਲੱਗ ਜੂ ਮਿਟਾਉਣ ਵਾਸਤੇ। ਟਰੂ ਮੈਨ, ਬਿਲਕੁਲ ਸਹੀ ਗੱਲ ਹੈ। ਉਹ ਉੱਪਰ ਟਰੈਕਟਰ ਖੜਾਇਆ ਬਾਈ ਹੁਣਿਆਂ ਨੇ, ਅਤੇ ਇੱਧਰ ਦੇਖੋ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨਹੀਂ ਉੱਠੂਗਾ ਜਵਾਨੀ ਵਿੱਚ ਜਨਾਜ਼ਾ ਮਿਠੀ। ਯੂਕੇ ਦੇ ਵਿੱਚ ਵੀ ਗੱਜਦਾ ਮੂਸੇ ਵਾਲਾ, ਅੰਦਰ ਗਾਣੇ ਵੀ ਚੱਲੀ ਜਾਂਦੇ ਆ, ਅਤੇ ਅੰਦਰ ਅਸੀਂ ਬਾਅਦ 'ਚੋਂ ਆਵਾਂਗੇ ਰੈਸਟੋਰੈਂਟ 'ਤੇ, ਅਤੇ ਕਿਉਂਕਿ ਹਜੇ ਆਲਾ ਦੁਆਲਾ ਦੇਖ ਲਈਏ। ਸ਼ਾਮ ਦਾ ਟਾਈਮ ਹੋ ਗਿਆ ਯਾਰ, 3 ਵਜ ਗਏ, ਅਤੇ ਸਾਨੂੰ ਇੱਥੇ ਪਹੁੰਚਦੇ ਹਾਂ, ਕੁਛ ਬਾਅਦ 'ਚੋਂ ਆਉਂਦੇ ਹਾਂ ਹੈ ਨਾ, ਪਹਿਲਾਂ ਬਾਹਰ ਦੇਖ ਲਈਏ। ਜਿਹੜਾ ਇਹ 100 ਰੋਡ ਹੈ ਨਾ, ਕਾਫੀ ਜ਼ਿਆਦਾ ਲੰਬਾ ਹੈਗਾ, ਅਤੇ ਮੇਰੇ ਖਿਆਲ 'ਚ ਹੋਣਾ ਕੋਈ 1.5 ਕਿਲੋਮੀਟਰ 2 ਕਿਲੋਮੀਟਰ ਲੰਬਾ, ਅਤੇ ਇੱਥੇ ਤੁਹਾਨੂੰ ਪੰਜਾਬੀ ਆਮ ਹੀ ਦੇਖਣ ਨੂੰ ਮਿਲ ਜਾਣਗੇ। ਜਿਵੇਂ ਲਿਵਰਪੂਲ ਸੀ ਨਾ, ਲਿਵਰਪੂਲ 'ਚ ਤੁਹਾਨੂੰ ਕੋਈ ਪੰਜਾਬੀ ਨਹੀਂ ਦੇਖਣ ਨੂੰ ਮਿਲੂਗਾ, ਉੱਥੇ ਗਿਣਵੀਆਂ ਚੁਣਵੀਆਂ ਜਾਂ ਫੈਮਿਲੀ ਰਹਿੰਦੀਆਂ, ਤੁਹਾਨੂੰ ਦੱਸਿਆ ਸੀਗਾ। ਇੱਥੇ ਸਾਊਥ ਹਾਲ ਵਾਲਾ ਕੰਮ ਹੈ, ਜਿਵੇਂ ਸਾਊਥ ਹਾਲ 'ਚ ਪੰਜਾਬੀ, ਸਾਊਥ ਹਾਲ 'ਚ ਤਾਂ ਕਹਿੰਦੇ ਬਹੁਤ ਜ਼ਿਆਦਾ ਮਿਕਸ ਜੇ। ਹਾਂਜੀ, ਸਾਊਥ ਹਾਲ 'ਚ ਤਾਂ ਇੰਨੇ ਕੁ ਪੰਜਾਬੀ ਹੈ, ਇੰਨੇ ਕੁ ਪੰਜਾਬੀ ਹੈ, ਤੁਹਾਨੂੰ ਲੱਗਦੀ ਨਹੀਂ ਵੀ ਮੈਂ ਬਾਹਰ ਇੰਗਲੈਂਡ ਆ, ਪੰਜਾਬ ਤੋਂ ਬਾਹਰ। ਪਰ ਜਦੋਂ ਤੁਸੀਂ ਇੱਥੇ ਆਉਂਗੇ, ਇੱਥੇ ਮਿਕਸ ਜੀ ਵਾਈਬ ਹੈਗੀ ਇੱਕ, ਅਤੇ ਲੱਗਦਾ ਪਤਾ ਲੱਗਦਾ ਵੀ ਪੰਜਾਬੀ ਇੱਥੇ ਵੱਸਦੇ ਆ। ਇਹ ਦੇਖੋ ਇੱਥੇ ਪੰਜਾਬੀ 'ਚ ਵੀ ਬੋਰਡ ਤੁਹਾਨੂੰ ਮਿਲ ਜਾਣਗੇ, ਬਰਮਿੰਘਮ 'ਚ ਬਲ ਦਾ ਪੀਜ਼ਾ। ਬਾਈ ਜੀ ਤੁਹਾਡੀ ਹਾਜ਼ਰੀ ਲੱਗ ਗਈ, ਬਲ ਦਾ ਪੀਜ਼ਾ ਖਾਓ ਸਾਰੇ ਜਾਣੇ, ਬਹੁਤ ਮਸ਼ਹੂਰ ਹੈ ਬਲ ਦਾ ਪੀਜ਼ਾ। ਪੀਜ਼ਾ ਢਿੱਲੋਂ, ਆਹ ਦਿਲੋਂ ਕਾਰ ਵਾਸ਼, ਮੈਂ ਤਾਂ ਢਿੱਲੋਂ ਲਿਖਿਆ। ਲਓ ਜੀ, ਇੱਥੋਂ ਸ਼ੁਰੂ ਹੁੰਦਾ ਅਸਲ 'ਚ ਇਹ 100 ਰੋਡ। ਪਹਿਲਾਂ ਤਾਂ ਅਸੀਂ ਥੋੜ੍ਹਾ ਜਿਹਾ ਪਿੱਛੇ ਰੁਕੇ ਸੀ, ਆਹ ਲੱਗਿਆ ਵੀ ਹੈ ਬੋਰਡ, ਵੈਲਕਮ ਟੂ 100 ਰੋਡ, ਅਤੇ ਐਂਡ 'ਤੇ ਜਾ ਕੇ ਇਹਦੇ ਗੁਰਦੁਆਰਾ ਸਾਹਿਬ ਆਊਗਾ ਬਿਲਕੁਲ ਇਹ ਰੋਡ ਦੇ ਐਂਡ 'ਤੇ। ਤੁਰਦੇ ਤੁਰਦੇ ਅਸੀਂ ਸਾਰਾ 100 ਰੋਡ ਕਵਰ ਕਰਨਾ, ਅਤੇ ਨਾਲ ਨਾਲ ਤੁਹਾਨੂੰ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਹੈ ਕੁਛ ਅੱਜ ਦਿਖਾ ਦਾਂਗੇ, ਵੈਸੇ ਜ਼ਿਆਦਾ ਹੈ, ਅਤੇ ਮੰਦਰ ਵੀ ਹੈ, ਅਤੇ ਸਾਰੇ ਦਰਸ਼ਨ ਹੈ ਜਿੰਨੇ ਤੁਹਾਨੂੰ ਇੱਥੋਂ ਬਰਮਿੰਘਮ ਤੋਂ ਕਰਾ ਦਾਂਗੇ। ਜਿਹੜਾ ਇਹ 100 ਰੋਡ ਹੈ ਨਾ, ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਦੱਸ ਦਈਏ। ਇਹ ਜਿਹੜਾ ਮਸ਼ਹੂਰ ਹੋਇਆ ਹੈਗਾ ਅਸਲ 'ਚ ਆਪਣੀ ਏਸ਼ੀਅਨ ਕਮਿਊਨਿਟੀ ਕਰਕੇ ਹੋਇਆ, ਜਿਹਦੇ 'ਚ ਇੰਡੀਅਨ ਹੈ, ਪਾਕਿਸਤਾਨੀ ਹੈ, ਸਾਰੇ ਪਾਕਿਸਤਾਨੀ ਜੁਐਲਰੀ ਹਾਂ ਸਾਰੇ ਉਹਦੇ ਲਈ ਮਸ਼ਹੂਰ, ਜਾਂ ਸੂਟ ਵਿਕਦੇ ਆ ਇੱਥੇ, ਜਾਂ ਜਿਹੜੇ ਰੈਸਟੋਰੈਂਟ ਉਹ ਤੁਹਾਨੂੰ ਇੰਡੀਅਨ ਸਾਰੇ ਮਿਲਣਗੇ, ਉਹਦੇ ਕਰਕੇ ਜਿਹੜਾ ਮੋਸਟ ਪਾਪੂਲਰ ਹੈਗਾ, ਜਿੰਨੇ ਸਾਰੇ ਪੰਜਾਬੀ ਉਧਰਲੇ ਪੰਜਾਬ ਦੇ ਹੁਣ ਇਧਰਲੇ ਦੇ ਸਾਰੇ ਜਾਣਦੇ ਆ। ਬੌਬੀਜ਼ ਪੰਜਾਬੀ ਫੂਡ, ਇਹ ਤੁਹਾਨੂੰ ਦਿਖਾਉਣੇ ਸਾਰੇ, ਇਹ ਸਾਡੀ ਇੰਨੀ ਕੁ ਫੈਮਿਲੀ ਹੈ ਜੀ, ਤੇ ਆ ਭਾਣਜਾ ਨਾਲ ਭੈਣ, ਤੇ ਇਧਰ ਬਾਈ ਜੀ ਸਾਡੇ, ਆਜੋ ਬਾਈ ਇਧਰ ਜਿੰਦੇ, ਇਹ ਥੋੜਾ ਜਿਹਾ ਘੱਟ ਆਉਂਦੇ ਆ, ਥੋੜਾ ਸੰਗਦੇ ਆ, ਕੈਮਰਾ ਫਰੈਂਡਲੀ ਘੱਟ ਨੇ ਇਹ, ਤਾਂ ਕਰਕੇ। ਬਾਈ ਜੀ ਤੁਹਾਡੀ ਅੱਜ ਦੇ ਵਲੌਗ 'ਚ ਹਾਜ਼ਰੀ ਲੱਗ ਗਈ, ਇੰਨੀ ਕੁ ਬਹੁਤ ਹੈ, ਹੁਣ ਮੈਂ ਤੁਹਾਨੂੰ ਤੰਗ ਨਹੀਂ ਕਰਦਾ। ਥੈਂਕ ਯੂ ਜੀ। ਆ ਦੇਖੋ ਉੱਥੇ ਲਿਖਿਆ ਹੋਇਆ, ਉਹ ਲਿਖਿਆ ਪੰਜਾਬੀ ਫੂਡ ਸਾਹਮਣੇ, ਬੌਬੀਜ਼ ਪੰਜਾਬੀ ਫੂਡ, ਤੇ ਆ ਦੇਖੋ ਪਿੱਛੇ ਵੀ ਸੀਗਾ ਜਸ਼ਨ ਦਾ ਪਤਾ ਨਹੀਂ ਕੀ। ਅੱਛਾ, ਜਸ਼ਨ ਲਿਖਿਆ ਆ, ਗੋਲ ਗੱਪੇ ਵੀ ਮਿਲਦੇ ਹੋ ਜੀ, ਪਾਣੀ ਪੂਰੀ, ਪਾਣੀ ਪੂਰੀ ਵਾਲਾ, ਆ ਦੇਖੋ ਕੁਲਚਾ ਵੀ ਹੈ ਰਿਪਨ ਜੀ, ਆਇਆਂ ਨੂੰ ਉੱਪਰ ਲਿਖਿਆ ਪੰਜਾਬੀ 'ਚ ਲਿਖਿਆ ਜੀ ਆਇਆਂ ਨੂੰ, ਨੂਡਲਸ ਵੀ ਨੇ। ਅੱਗੇ ਇੱਕ ਹੋਰ ਸ਼ਾਪ ਹੈਗੀ, ਹਾਂ ਉਹ ਹੈ ਨਾ, ਕੀ ਨਾਮ ਉਹਦਾ, ਉਹਦਾ ਬਹੁਤ ਹੋਇਆ ਕੀ ਆ ਉਹ, ਯਮੀ ਯਮੀ, ਇੱਕ ਮਿੰਟ ਜੀ, ਨਾਮ ਨਹੀਂ ਪਤਾ ਪਰ ਮੈਨੂੰ ਲੋਕੇਸ਼ਨ ਪਤਾ ਹੈ। ਇਹ ਦੇਖੋ ਜਿਹੜਾ ਇੱਥੇ ਸਮਾਨ ਮਿਲਦਾ ਨਾ, ਉਹ ਵੀ ਆਪਣੇ ਪਿਓਰ ਪੰਜਾਬ ਵਾਲਾ ਮਿਲਦਾ ਸਾਰਾ, ਅਤੇ ਆ ਜਿਵੇਂ ਆਪਣੇ
ਪਲਾਸਟਿਕ ਦੇ ਭਾਂਡੇ ਭੁੰਡੇ ਸਾਰੇ ਰਬੜ ਦੇ ਪਏ ਹੋਏ। ਇੰਡੀਅਨ ਗਰੋਸਰੀ ਸਟੋਰ ਨੇ ਬੇਸਿਕਲੀ ਸਾਰੇ ਇੱਥੇ। ਸੋ ਰੋਡ 'ਤੇ ਆ ਕੇ ਤਾਂ ਨਾ ਬਿਲਕੁਲ ਐਵੇਂ ਲੱਗਦਾ ਜਿਵੇਂ ਆਪਾਂ ਕਿਸੇ ਪੰਜਾਬ ਦੇ ਮਤਲਬ ਸ਼ਹਿਰ 'ਚ ਫਿਰਦੇ ਹੋਈਏ। ਬਿਲਕੁਲ ਨਹੀਂ ਲੱਗਦਾ ਵੀ ਇੰਗਲੈਂਡ ਆ ਇਹ। ਆਹ ਦੇਖੋ ਜਿਵੇਂ ਮੇਲਿਆਂ 'ਤੇ ਆਪਣੇ ਖੇਡਾਂ ਮਿਲਦੀਆਂ ਹੁੰਦੀਆਂ, ਜਿਵੇਂ ਅਨੰਦਪੁਰ ਸਾਹਿਬ ਹੁਣ ਹੋਲਾ ਮਹੱਲਾ ਆਉਣ ਵਾਲਾ, ਹੋਲੇ ਮਹੱਲੇ ਦੁਕਾਨਾਂ ਲੱਗੀਆਂ, ਖੇਡਾਂ ਮਿਲਦੀਆਂ ਨਾ, ਉਸੇ ਤਰ੍ਹਾਂ ਇਹ ਸੋ ਰੋਡ ਹੈ। ਆਹ ਦੇਖੋ ਇਹੋ ਜਿਹੀਆਂ ਚੀਜ਼ਾਂ ਇੰਗਲੈਂਡ ਤੱਕ ਪਹੁੰਚ ਗਈਆਂ ਇਹ ਸਾਰੀਆਂ। ਦੇਪਨ ਹਾਂਜੀ ਅੱਗੇ ਆਓ, ਤੁਹਾਨੂੰ ਹੋਰ ਦਿਖਾਉਣੀ ਹੈ। ਹਾਂਜੀ ਮੰਜਿਆਂ ਤੇ ਚਾਹ ਪਲਾਉਂਦੇ ਨੇ ਪੀ, ਮੰਜਿਆਂ ਤੇ ਚਾਹ ਪਲਾਉਂਦੇ। ਆ ਤਾਂ ਮੈਂ ਕਿਹਾ ਜਮਾ ਐ ਲੱਗਦਾ ਵੀ ਮੇਲਾ ਲੱਗਿਆ ਹੁੰਦਾ, ਮੈਂ ਵੀ ਜਮਾ ਮੇਲੇ ਵਾਲਾ ਕੰਮ ਹੈਗਾ ਹਨਾ। ਉਹ ਡੋਰੀਆਂ ਵੀ ਟੰਗੀਆਂ ਪਈਆਂ ਨੇ ਅੰਦਰ। ਚਲੋ ਹਾਰ ਹੋ ਗਿਆ ਕਿਹੜਾ ਚਾਹ ਵਾਲਾ ਆ ਸੀ, ਮੰਜੇ ਮੁੰਜੇ ਤੇ ਬਿਠਾਉਂਦੇ ਆ ਕਹਿੰਦੇ ਮਜਾਜਣ। ਵਾਹ ਜੀ ਵਾਹ, ਆਟੋ ਆਟੋ ਕੱਟ ਕੇ ਬਣਾਏ ਹੋਏ ਇਹਨਾਂ ਨੇ ਮਜਾਜਣ। ਵਾਹ ਜੀ ਵਾਹ ਚਾਹ ਹੈ, ਹੁਣ ਚਾਹ ਪੀ ਕੇ ਵੀ ਅਸੀਂ ਵਾਹ ਜੀ ਵਾਹ ਹੀ ਕਰੀਏ। ਓਏ ਗਾਣੇ ਚੱਲੀ ਜਾਂਦੇ। ਇਹ ਦੇਖੋ ਮੰਜੇ ਮੁੰਜੇ ਲਾਏ ਇਹਨਾਂ ਨੇ, ਢੋਲ ਰੱਖੇ ਆ, ਪਿਓਰ ਪੰਜਾਬ ਦੀ ਆਪਣੇ ਪੁਰਾਣੇ ਪੰਜਾਬ ਦੀ ਖੁਸ਼ਬੂ ਦੇ ਰਹੇ। ਕੁਰਸੀਆਂ ਵੀ ਉਵੇਂ ਦੀਆਂ ਲਾਈਆਂ ਹੋਈਆਂ ਹੈਗੀਆਂ, ਪੱਖੀਆਂ ਵੀ ਟੰਗ ਰੱਖੀਆਂ। ਹਾਂਜੀ ਜਮਾਂ ਪੰਜਾਬ ਵਾਲਾ ਪੰਜਾਬੀ ਕਲਚਰ ਪਿਓਰ। ਇੱਥੇ ਤਾਂ ਆਰਡਰ ਦੇਣਾ ਵੀ ਸੌਖਾ ਹੀ ਹੈ ਬਹੁਤ, ਕਿਉਂਕਿ ਸਾਰੇ ਪੰਜਾਬੀ ਬੋਲਦੇ ਆ, ਪੰਜਾਬੀ 'ਚ ਹੀ ਮੈਨਿਊ ਹੁੰਦਾ, ਪੰਜਾਬੀ 'ਚ ਹੀ ਸਾਰਾ ਆਲਾ ਦੁਆਲਾ। ਜਦੋਂ ਤੁਸੀਂ ਆਰਡਰ ਕਰਕੇ ਹਟ ਜਾਂਦੇ ਹੋ ਅੱਗੋਂ ਅਗਲਾ ਪੁੱਛਦਾ ਬਸ ਹੋਰ ਵੀ ਕੁਛ ਲੈਣਾ। ਅਤੇ ਬਾਕੀ ਇਹ ਆ ਯਾਰ ਆਲਮੋਸਟ ਸਾਰੇ ਜਿੰਨੇ ਵੀ ਮਿਲ ਰਹੇ ਆ ਬਹੁਤ ਸਾਰੇ ਜਾਣਦੇ ਆ ਹੈ ਨਾ, ਅਤੇ ਵੀਡੀਓ ਦੇਖਦੇ ਆ, ਰੈਸਟੋਰੈਂਟਸ ਵਾਲੇ ਹੋਰ ਵੀ ਆਲੇ ਦੁਆਲੇ ਬਹੁਤ ਬੁਲਾ ਰਹੇ ਆ, ਅਤੇ ਪਰ ਇੱਥੇ ਹੀ ਮਾਫ਼ੀ ਮੰਗਦਾ ਕਿਉਂਕਿ ਬਾਅਦ 'ਚ ਵੀਡੀਓ ਵੀ ਤੁਸੀਂ ਦੇਖਣੀ, ਅਸੀਂ ਸਾਰਿਆਂ ਦੇ ਆ ਨਹੀਂ ਸਕਦੇ, ਅਤੇ ਕਿਉਂਕਿ ਸਾਡੇ ਕੋਲ ਵੀ ਟਾਈਮ ਦੀ ਸ਼ੋਰਟੇਜ ਆ, ਅਸੀਂ ਥੋੜ੍ਹੇ ਤੋਂ ਥੋੜ੍ਹੇ ਟਾਈਮ 'ਚ ਆਪਣਾ ਬਹੁਤ ਸਾਰਾ ਕਾਫੀ ਸਾਰਾ ਘੁੰਮ ਕੇ ਜਾਣਾ ਹੈ ਨਾ। ਇਹ ਦੇਖੋ ਬੂਟਾਂ ਦੀਆਂ ਦੁਕਾਨਾਂ ਲੱਗੀਆਂ ਹੈ, ਸੇਲ ਵੀ ਚੱਲੀ ਜਾਂਦੀ ਹੈ। ਐਂ ਲੱਗਦਾ ਵੀ ਬਰਨਾਲੇ ਦੀ ਕੋਈ ਦੁਕਾਨ ਹੁੰਦੀ ਹੈ ਨਾ। ਮੈਂ ਕਹਿੰਦਾ ਕੁਛ ਹੀ ਮਾਰੀ ਉਹਨੇ ਕਿਹੜਾ ਇਹਨਾਂ ਦਾ ਯਾਰ। ਸਾਊਥ ਹਾਲ ਅਤੇ ਸੋ ਰੋਡ ਦੋਨੇ ਬਰਮਿੰਘਮ ਦੇ ਘੁੰਮਣੇ ਹੈ ਨਾ, ਇਹ ਆਪਣੇ ਆਪ 'ਚ ਪੰਜਾਬ ਦਾ ਇੱਕ ਵੱਖਰਾ ਪੰਜਾਬ ਦੇਖਣਾ, ਜਿਹੜਾ ਪ੍ਰਦੇਸ਼ਾਂ 'ਚ ਵੱਸਦਾ ਇੱਕ ਵੱਖਰਾ ਪੰਜਾਬ ਹੈਗਾ। ਆਹ ਦੇਖੋ ਅਤੇ ਆਹ ਦੇਖੋ ਸਿੱਟਿਆ ਇਹਦੀਆਂ ਸ਼ਰਟਾਂ 'ਚ, ਆਹ ਕੋਈ ਸ਼ਰਟ ਵੀ ਸੋਹਣੀ ਹੈ, ਸੇਲ ਲੱਗ ਗਈ ਟੰਗੀ ਹੋਈ ਹੈ। ਹਾਂ ਰੰਗ ਸੋਹਣਾ, ਰੰਗ ਸੋਹਣਾ ਹੈ ਨਾ। ਇਹ ਉਹ ਜਿਹੀਆਂ ਸੂਟਾਂ ਦੀਆਂ ਦੁਕਾਨਾਂ ਬਰਮਿੰਘਮ 'ਚ, ਅਤੇ ਜਿਹੜੇ ਪਾਕਿਸਤਾਨੀ ਜਾਂ ਅਫਗਾਨੀ ਇਹ ਜ਼ਿਆਦਾ ਲਿਆ ਕੇ ਵੇਚਦੇ, ਟਿਕਟੋਕ 'ਤੇ ਕਮਲੇ ਹੋਏ ਹੁੰਦੇ ਆ ਇਹ ਲਾਈਵ ਉਹ, ਅਤੇ ਦੇਖੋ 15-15 ਪਾਉਂਡ ਦੇ ਲਾ ਰੱਖੇ, ਸਸਤਾ ਵੀ ਬਹੁਤ ਆ ਦੇਖੋ 15 ਪਾਉਂਡ ਦਾ, ਬਹੁਤ ਸੋਹਣਾ ਹੈ ਨਾ। ਖੁਸ਼ੀ ਵਰਗੀਆਂ ਜਿਹੜੇ ਦੇਖਦੇ ਆ ਉਹ ਕਮਲੇ ਹੋਏ ਹੁੰਦੇ, ਮੈਨੂੰ ਲੱਗਦਾ ਮੈਂ ਤਾਂ ਇੱਥੋਂ ਹੀ ਝੋਲੇ ਭਰ ਕੇ ਲੈ ਜਾਣੇ ਆ। ਆ ਦੇਖੋ ਪਰਾਂਦੇ ਵੀ ਆ ਗਏ ਅੱਗੇ। ਅੱਛਾ ਜੀ ਆ ਦੇਖੋ ਚੱਲੀਏ। ਆ ਸਾਰਾ ਤੁਹਾਨੂੰ ਦੱਸਿਆ ਨਾ ਜਿਵੇਂ ਇੰਡੀਅਨ ਸਮਾਨ ਹੀ ਮਿਲਦਾ ਯਾਰ, ਸਾਰਾ ਆ ਪਰਾਂਦੇ ਜਵੈਲਰੀ ਆ ਗਈ ਸਾਰੀ। ਇਹ ਪਰਾਂਦੀਆਂ ਤਾਂ ਅਸੀਂ ਜੇ ਤਾਂ ਆਪਣੇ ਇੰਡੀਆ 'ਚ ਨਹੀਂ ਮਿਲਦੀਆਂ। ਓਏ ਆ ਜਾਓ ਅੰਦਰ, ਆਪਾਂ ਨਹੀਂ ਅਜੇ ਕੁਛ ਲੈਣਾ, ਅਜੇ ਤਾਂ ਆਪਾਂ ਘੁੰਮਣਾ ਬਹੁਤ ਸਾਰਾ। ਇੰਡੀਆ 'ਚ ਨਹੀਂ ਮਿਲਦੀਆਂ ਅੱਜ ਕੱਲ੍ਹ। ਹਾਂ ਆ ਜਾਓ ਭੱਜ ਕੇ। ਜਿਹੜਾ ਨਾ ਬਰਮਿੰਘਮ ਹੈ ਇਹ ਇੰਗਲੈਂਡ ਦਾ ਕਾਫੀ ਪੁਰਾਣਾ ਸ਼ਹਿਰ ਹੈ ਵੈਸੇ ਤਾਂ, ਅਤੇ ਪਹਿਲਾਂ ਸ਼ਾਇਦ ਇੱਥੇ ਕਿਸੇ ਟਾਈਮ ਅੰਗਰੇਜ਼ ਰਹਿੰਦੇ ਹੋਣਗੇ, ਪਰ ਮੈਨੂੰ ਲੱਗਦਾ 1950-60 ਤੋਂ ਬਾਅਦ ਤਾਂ ਪ੍ਰੋਪਰਲੀ ਪੰਜਾਬੀਆਂ ਦਾ ਕਬਜ਼ਾ ਹੈ, ਅਤੇ ਹੁਣ ਜਿੰਨੇ ਸਾਨੂੰ ਇੱਥੇ ਜ਼ਿਆਦਾ ਮਿਲ ਰਹੇ ਹੈ ਉਹ ਸਾਰੇ ਜ਼ਿਆਦਾ ਸਟੂਡੈਂਟ ਮਿਲ ਰਹੇ ਹੈ ਜਿਹੜੇ ਨਵੇਂ ਮੁੰਡੇ ਆਏ, ਅਤੇ ਪੁਰਾਣਿਆਂ ਦੇ ਜਿਹੜੇ ਇੱਥੇ ਪੁਰਾਣੇ ਬੈਠੇ ਹੈਗੇ 1970-80 ਦੇ ਆਪਣੇ ਪੰਜਾਬੀਆਂ ਦੇ, ਉਹਨਾਂ ਦੇ ਕੰਮ ਕਾਰ ਵੀ ਚੰਗੇ ਆ ਉਹਨਾਂ ਦੇ ਮੇਰੇ ਖਿਆਲ 'ਚ, ਜਿੰਨੇ ਰੈਸਟੋਰੈਂਟ ਆਲੇ ਦੁਆਲੇ ਦੇਖਣ ਨੂੰ ਮਿਲ ਰਹੇ ਆ ਸਾਰਾ, ਅਤੇ ਉਹ ਉਹਨਾਂ ਦੇ ਆ, ਅਤੇ ਨਵੇਂ ਮੁੰਡੇ ਆਪਣੀ ਮਿਹਨਤ ਕਰਕੇ ਫਿਊਚਰ ਆਪਣਾ ਚਮਕਾਉਣ 'ਚ ਲੱਗੇ ਹੋਏ ਹੈ।
ਬਹੁਤ ਸਟੂਡੈਂਟ ਹੈ ਯਾਰ ਯੂਕੇ 'ਚ। ਪਹਿਲਾਂ ਨਾ ਸਟੂਡੈਂਟ ਵਾਸਤੇ ਸੁਣਿਆ ਸੀਗਾ ਵੀ ਯੂਕੇ ਸਟੂਡੈਂਟ ਆਉਂਦਾ, ਪਰ ਬਹੁਤ ਸਟੂਡੈਂਟ ਹੈਗਾ ਅਤੇ ਕੰਮ ਕੁੰਮ ਦਾ ਵੀ ਸੱਚੀ ਥੋੜ੍ਹਾ ਜਿਹਾ ਢਿੱਲਾ ਹੀ ਹੈ ਕੰਮ, ਕਿਉਂਕਿ ਹਰੇਕ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪੁੱਛਦੇ ਹਾਂ ਹੈ ਨਾ ਵੀ ਕੰਮ ਕੁੰਮ ਦਾ ਜਿਹੜਾ ਕੀ ਹਾਲ ਚਾਲ ਹੈਗਾ, ਪਰ ਮੋਸਟ ਆਫ ਆਪਣੇ ਵਾਲੀ ਤੁਰੇ ਫਿਰਦੇ ਹਨ। ਹਾਂਜੀ, ਅੱਜ ਕੱਲ੍ਹ ਤਾਂ ਇੱਥੇ ਵਿਆਹ ਵੂ ਵੀ ਇੱਧਰ ਹੀ ਹੋਣ ਲੱਗੇ ਸਾਰੇ। ਇਹ ਦੇਖੋ ਯੂਕੇ 'ਚ ਕੀ ਨਹੀਂ ਮਿਲਦਾ, ਬਰਮਿੰਘਮ ਜਾਂ ਪੱਗ ਵਾਲਾ ਲਾੜਾ ਸੱਜੇ। ਹਾਂ, ਇਹ ਵੀ ਪੰਜਾਬੀਆਂ ਦੀਆਂ ਹੋਣਗੀਆਂ ਦੁਕਾਨਾਂ ਯਾਰ, ਪੰਜਾਬੀ ਹੋਣਗੇ ਕਿ ਬਾਹਰ ਦੇ ਆ, ਪੰਜਾਬੀ ਆ। ਬਰਮਿੰਘਮ ਦੇ ਨਾ ਸੋਹ ਰੋਡ 'ਤੇ ਜਿੰਨੀਆਂ ਇਹ ਇਮਾਰਤਾਂ ਆ ਸਾਰੀਆਂ ਬਹੁਤ ਬਹੁਤ ਪੁਰਾਣੀਆਂ, ਆਲਾ ਦੁਆਲਾ ਬਹੁਤ ਪੁਰਾਣਾ। ਗੁਰਦੁਆਰਾ ਸਾਹਿਬ ਵੀ ਇੱਥੇ ਕਾਫੀ ਨੇ ਅਤੇ ਉਹ ਤੋਂ ਬਿਨਾਂ ਇਹ ਚਰਚ ਵੀ ਨੇ। ਸੰਦੀਪ, ਇਹ ਚਰਚ ਆ ਜਾਂ ਸਕੂਲ ਆ? ਕਿਹੜਾ? ਜਿਹੜਾ ਸਾਹਮਣੇ ਆ ਚਰਚ ਆ, ਇੱਕ ਕਮਿਊਨਿਟੀ ਸੈਂਟਰ ਆਈ ਥਿੰਕ। ਕਮਿਊਨਿਟੀ ਸੈਂਟਰ ਆ ਕੋਈ? ਵੈਸੇ ਹਿਸਟੋਰੀਕਲ ਨੇ ਸਾਰੀਆਂ ਹੈ ਨਾ, ਜਿੰਨੀਆਂ ਬਿਲਡਿੰਗ ਨੇ ਹੈ ਨਾ, ਕਿੰਨੀ ਪੁਰਾਣੀ ਆ। ਹਾਂਜੀ, ਕਾਫੀ ਪੁਰਾਣੀ ਲੱਗ ਰਹੀ ਹੈ ਦੇਖਣ ਨੂੰ। ਟ੍ਰੈਫਿਕ ਵੀ ਵਾਹਵਾ ਰਹਿੰਦੀ ਆ? ਟ੍ਰੈਫਿਕ ਤਾਂ ਇੱਥੇ ਬਹੁਤ ਹੁੰਦੀ ਆ। ਸ਼ਹਿਰ ਇੰਨਾ ਵੱਡਾ ਨਹੀਂ ਲੱਗਦਾ ਮੈਨੂੰ, ਨਿੱਕਾ ਲੱਗਦਾ ਬਰਮਿੰਘਮ ਹੈ ਨਾ। ਨਹੀਂ, ਹੈਗਾ ਤਾਂ ਵੱਡਾ ਹੈਗਾ। ਹਾਂ, ਪਰ ਸੋਹ ਰੋਡ ਤੇ ਟ੍ਰੈਫਿਕ ਬਹੁਤ ਹੁੰਦੀ ਆ ਤੇ ਐਕਸੀਡੈਂਟ ਵੀ ਮੋਸਟਲੀ ਹੁੰਦੇ ਰਹਿੰਦੇ ਆ। ਅੱਛਾ, ਹੂੰ, ਆਹੋ ਪੰਜਾਬੀ ਰਹਿੰਦੇ ਨੇ। ਹਾਂਜੀ ਭਾਜੀ, ਗੱਡੀਆਂ 'ਚ ਪਛਾਣ ਲੈਂਦਾ, ਬਾਏ ਬਾਏ ਕਰ ਦਿੰਦੇ ਆ ਸਾਰੇ ਗੱਡੀਆਂ 'ਚ ਬੈਠੇ। ਪੰਜਾਬੀ ਇੱਥੇ ਇੰਨੇ ਕੁ ਜ਼ਿਆਦਾ ਮਿਲੇ ਆ। ਠੰਡ ਇੱਥੇ ਵਾਹਵਾ ਜ਼ਿਆਦਾ ਅਤੇ ਲਿਵਰਪੂਲ ਨੂੰ ਜ਼ਿਆਦਾ ਠੰਡ ਹੈ, ਪਤਾ ਨਹੀਂ ਹਵਾ ਮੈਨੂੰ ਲੱਗਦਾ ਜ਼ਿਆਦਾ ਤੇਜ਼ ਚੱਲ ਰਹੀ ਹੈ ਤਾਂ ਕਰਕੇ। ਸੰਦੀਪ, ਹਮੇਸ਼ਾ ਹੀ ਇੱਥੇ ਠੰਡ ਜ਼ਿਆਦਾ ਰਹਿੰਦੀ ਆ? ਮੋਸਟਲੀ ਬਰਮਿੰਘਮ ਜ਼ਿਆਦਾ ਠੰਡ ਹੁੰਦੀ ਆ। ਅੱਛਾ, ਲਿਵਰਪੂਲ ਨਾਲੋਂ? ਸਾਊਥ ਹਾਲ 'ਚ ਵੀ ਠੰਡ ਘੱਟ ਸੀ ਹੈ ਨਾ, ਪਤਾ ਨਹੀਂ ਉੱਥੇ ਪਾਪੂਲੇਸ਼ਨ ਜ਼ਿਆਦਾ ਤਾਂ ਕਰਕੇ। ਨਹੀਂ, ਸਾਊਥ ਹਾਲ 'ਚ ਵੀ ਹੁੰਦੀ ਆ, ਪਰ ਇੱਥੇ ਹਮੇਸ਼ਾ ਜ਼ਿਆਦਾ ਹੁੰਦੀ। ਹੋਰ ਠੀਕ ਠਾਕ ਹੋ? ਵਧੀਆ। ਅਤੇ ਇਹੋ ਜਿਹੀਆਂ ਦੇਖ ਲਓ ਪੰਜਾਬੀਆਂ ਨੇ ਆਪਣੇ ਸਾਈਡ 'ਤੇ ਸ਼ੋਪਸ ਦੁਕਾਨਾਂ ਵੀ ਲਾਈਆਂ ਹੋਈਆਂ। ਅਤੇ ਜੇ ਇਹਨਾਂ ਦਿਨਾਂ 'ਚ ਆਊਂ, ਵੈਸੇ ਪਹਿਲਾਂ ਤਾਂ ਜੂਨ 'ਚ ਤਾਂ ਮੌਸਮ ਚੰਗਾ ਹੁੰਦਾ, ਜੂਨ ਜੁਲਾਈ 'ਚ ਵਧੀਆ ਹੁੰਦਾ, ਧੁੱਪਾਂ ਨਿਕਲਦੀਆਂ ਹੋਣਗੀਆਂ ਨਾ। ਇਹਨਾਂ ਦਿਨਾਂ 'ਚ ਤਾਂ ਬਾਈ ਠੰਡ ਇੰਨੀ ਜ਼ਿਆਦਾ ਹੈ, ਅਤੇ ਇੱਕ ਤੁਹਾਨੂੰ ਦੱਸਿਆ ਹਵਾ ਬਹੁਤ, ਜਦੋਂ ਹਵਾ ਚੱਲਦੀ ਹੁੰਦੀ ਨਾ ਉਹ ਤੰਗ ਕਰਦੀ ਆ। ਹੋਰ ਤਾਂ ਹੋਰ ਬਾਕੀ ਚੀਜ਼ਾਂ ਤਾਂ ਸਾਰੀਆਂ ਆਉਣੀ ਨੇ। ਅਤੇ SBI ਦੀ ਬ੍ਰਾਂਚ ਵੀ ਹੈ ਇੱਥੇ, SBI UK। ਇਹ ਸੰਦੀਪ ਨਵੀਂ ਖੁੱਲ੍ਹੀ ਹੈ ਕਿ ਪਹਿਲਾਂ ਵੀ ਸੀ? ਨਹੀਂ, ਨਵੀਂ ਖੁੱਲ੍ਹੀ, ਪਹਿਲਾਂ ਨਹੀਂ ਹੁੰਦੀ ਸੀ ਇੱਥੇ। ਅੱਛਾ, ਹਾਂ, ਫੁੱਲ ਫਲ ਵੀ ਲਾਏ ਹੈ ਨਾ ਪਹਿਲਾਂ ਨਾ? ਇੱਕ ਉਹ ਹੁੰਦੀ ਸੀ ਆਈ ਥਿੰਕ, ਹਾਂਜੀ, ਸ਼ੋਪ ਹੁੰਦੀ ਸੀਗੀ। ਅੱਛਾ, ਕੱਪੜੇ ਵਗੈਰਾ ਦੀ, ਕਲੋਥ ਦੀ। ਮੈਂ ਆਈਆਂ 2-3 ਵਾਰ ਉੱਥੇ ਸ਼ੋਪ ਤੇ। PNB ਦੀ ਬ੍ਰਾਂਚ ਵੀ ਹੈਗੀ ਆ ਸੰਦੀਪ ਮੈਨੂੰ ਲੱਗਦਾ ਹੈ ਨਾ। ਇਹ ਦੇਖ ਲਓ ਵੀ ਸ਼ੋਪਸ ਦੇ ਨਾਂ ਰੱਖੇ ਹੋਏ, ਨਕੋਦਰ ਸਵੀਟਸ ਐਂਡ ਸਨੈਕਸ, ਤੇ ਸਾਹਮਣੇ ਆਹ ਪੱਗ ਵਾਲਾ, ਸਾਹਮਣੇ ਅਮਨਸ, ਸਾਰੇ ਪੰਜਾਬੀ ਨਾਮ ਹੈ ਇਹਨਾਂ। ਇਹ ਆਈ ਥਿੰਕ ਨਾ ਨਿਊ ਸ਼ੋਪ ਨੇਗੀਆਂ। ਅੱਛਾ ਜੀ, ਪਹਿਲਾਂ ਨਹੀਂ ਹੁੰਦੀਆਂ ਸੀ ਇਹ ਵਾਲੀਆਂ ਇੱਥੇ। ਅੱਛਾ ਜੀ, ਲੰਡਨ ਸਵੀਟ ਸੈਂਟਰ। ਆਹ ਦੇਖੋ, ਇੱਥੋਂ ਤਾਂ ਐਂ ਲੱਗਦਾ ਮੈਨੂੰ ਜਿਵੇਂ ਆਪਾਂ ਭੀਖੀ ਤਰ੍ਹਾਂ ਹੁੰਦੇ ਫਿਰਦੇ ਹੁੰਦੇ ਹਾਂ, ਹੈ ਕਿ ਨਹੀਂ? ਸਦੀਕ ਹੋਮ, ਕੀ ਬਿੱਲ ਮਿਲੀ ਜਾਂਦਾ ਪਾਣੀ ਪਾਉਣ ਵਾਲਾ, ਪੌਦਿਆਂ ਨੂੰ ਉਹੀ ਤਾਂ ਹੈਗੀਆਂ ਨੇ, ਪੌਦਿਆਂ ਨੂੰ ਪਾਣੀ ਪਾਉਣ ਵਾਲਾ ਗਾਰਡਨ ਵਗੈਰਾ ਯੂਜ਼ ਕਰਦੇ ਆ। ਕਈ ਨਾ ਕਹਿੰਦੇ ਹੁੰਦੇ ਆ ਵੀ ਅਸੀਂ ਪੰਜਾਬ ਤੋਂ ਆਹ ਲੈ ਜਾਈਏ ਇੰਗਲੈਂਡ, ਆਹ ਲੈ ਜਾਈਏ ਇੰਗਲੈਂਡ। ਭੈਣ ਹੋਰੇ ਵੀ ਕਈ ਵਾਰੀ ਕੁੱਕਰ ਕਾਕਰ ਮੰਗਾ ਲੈਂਦੇ ਸੀ ਪਹਿਲਾਂ, ਮੈਨੂੰ ਤਾਂ ਐਂ ਲੱਗਦਾ ਇੱਥੇ ਕਿਹੜੀ ਚੀਜ਼ ਆ ਜਿਹੜੀ ਮਿਲਦੀ ਨਹੀਂ। ਹੈ ਸੰਦੀਪ, ਇੱਥੇ ਤਾਂ ਸਾਰਾ ਕੁਛ ਹੀ ਮਿਲਦਾ। ਨਹੀਂ, ਜਿਹੜਾ ਨਾ ਮੈਂ ਉਹ ਪ੍ਰੈਸ਼ਰ ਕੁੱਕਰ ਇੱਥੋਂ ਲਿਆ ਸੀਗਾ। ਨਹੀਂ, ਮੈਂ ਉਹ ਤਾਂ ਕੁੱਕਰ ਦਾ ਚੱਲ। ਅੱਛਾ ਅੱਛਾ, ਜਿਹੜਾ ਇੱਥੋਂ ਲਿਆ ਸੀ, ਸੀਟੀ ਨਹੀਂ ਵੱਜੀ, ਮੈਨੂੰ ਲੱਗਿਆ ਕਿ ਮੇਰਾ ਫਟ ਜਾਣਾ ਉਹ। ਇਹ ਦੇਸੀ ਮਾਲ ਲਿਆ ਕੇ ਵੇਚਦੇ ਹੋਣੇ, ਮੈਨੂੰ ਵੱਧ ਮੁਨਾਫੇ ਦੇ। ਮੈਂ ਸੋਚਿਆ ਕੋਈ ਪ੍ਰੈਸ਼ਰ ਕੁੱਕਰ ਫਟ ਜਾਵੇ। ਚਲੋ ਭਾਈ, ਜੇ ਕਿਸੇ ਦੀ ਸ਼ਾਪ ਦਾ ਵਿੱਚ ਨੇਮ ਆਉਂਦਾ ਨਾ, ਮੈਂ ਉਹਦੀ ਸ਼ਾਪ ਦੇ ਸਾਹਮਣੇ ਖੜ ਕੇ ਇਹ ਗੱਲ ਕਹਿ ਰਿਹਾ ਤੇ
ਬਾਅਦ 'ਚੋਂ ਤੁਸੀਂ ਇਹ ਵੀਡੀਓ ਵੀ ਦੇਖ ਓਬਵੀਅਸਲੀ ਕਿਉਂਕਿ ਪੰਜਾਬ ਹੀ ਸਾਡੀਆਂ ਵੀਡੀਓ ਦੇਖਦੇ ਅਸੀਂ ਪੰਜਾਬੀ 'ਚ ਵੀਡੀਓ ਬਣਾ ਰਹੇ ਹਾਂ ਦੇਖ ਸਕਦਾ ਕੋਈ ਨਾ ਕੋਈ ਹੈ ਨਾ ਹਾਂਜੀ ਮਾਇੰਡ ਨਾ ਕਰਿਓ ਤੁਸੀਂ ਇਸ ਗੱਲ ਦਾ ਵੀ ਅਸੀਂ ਕਹਿ ਰਹੇ ਵੀ ਨਕਲੀ ਸਮਾਨ ਲਿਆ ਕੇ ਵੇਚ ਦਿਓ ਅਤੇ ਇਹ ਗੱਲ ਓਰਿਜਨੈਲਿਟੀ ਦੀ ਹੁੰਦੀ ਹੈ ਵੀ ਜਿੰਨਾ ਆਪਣੇ ਇੰਡੀਆ 'ਚ ਜਾਂ ਇੰਡੀਆ ਦਾ ਸਮਾਨ ਇੱਥੇ ਮਿਲਦਾ ਨਹੀਂ ਉਹਨਾਂ ਨੂੰ ਕਹਿ ਰਿਹਾ ਜਿੰਨਾ ਇੰਡੀਆ 'ਚ ਓਰਿਜਨਲ ਮਿਲਦਾ ਜਿਹੜੀਆਂ ਚੀਜ਼ਾਂ ਇੰਡੀਆ ਨੇ ਉਹ ਇੰਡੀਆ 'ਚ ਹੀ ਜ਼ਿਆਦਾ ਵਧੀਆ ਮਿਲਣਗੀਆਂ ਉਹ ਇੱਥੇ ਓਬਵੀਅਸਲੀ ਨਹੀਂ ਮਿਲਣਗੀਆਂ ਜੇ ਮਿਲਣਗੀਆਂ ਤਾਂ ਹਾਂਜੀ ਹਾਂ ਯੂਕੇ ਦੀ ਚੀਜ਼ ਇੰਡੀਆ 'ਚ ਲਾਉਂਗਾ ਉਹ ਫਿਰ ਅਜੇ ਜਾਂ ਤਾਂ ਇੱਥੋਂ ਇੰਪੋਰਟ ਕਰਾਉਣੀ ਪਊਗੀ ਉਹ 'ਤੇ ਵੱਧ ਟੈਕਸ ਟੁਕਸ ਪੈਂਦਾ ਜੇ ਘੱਟ ਮਾਰ ਜਾਂਦੇ ਜਾਂ ਫਿਰ ਨਕਲੀ ਕਿਤੋਂ ਵੀ ਲੈ ਲੈਂਦਾ ਬੰਦਾ ਹੈ ਨਾ ਜੀ ਤੁਰੇ ਜਾਂਦੇ ਆ ਪੰਜਾਬ ਦੇ ਭਰਾ ਮਿਲ ਜਾਂਦੇ ਸੇਵਾ ਦੱਸੋ ਤੁਸੀਂ ਸਰ ਧੰਨਵਾਦ ਬਾਈ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਹੀਂ ਫਿਰ ਵੀ ਨਾ ਨਾ ਕੁਛ ਨਹੀਂ ਬਾਈ ਜੀ ਸੇਵਾ ਕਿੰਨੇ ਦਿਨ ਇੱਥੇ ਜੀ ਅਸੀਂ ਬਾਈ ਜੀ 2 ਵੀਕ ਲਈ ਆ ਬਰਮਿੰਗਮ 2 ਦਿਨ ਓਕੇ ਹਾਂਜੀ ਵੈਸੇ 2 ਵੀਕ ਲਈ ਇੰਗਲੈਂਡ ਜੇ ਹੈਗਾ ਟਾਈਮ ਜਾਓ ਤਾਂ ਲੋਕ ਭਾਈ ਫਰੀ ਤੇ 2 ਟਾਈਮ ਜੇ ਨੈਕਸਟ ਟਾਈਮ ਸਹੀ ਅਸੀਂ ਜੂਨ ਚ ਆਵਾਂਗੇ ਤਾਂ 1.5 ਮਹੀਨਾ ਰਹਿਣਾ ਇੱਥੇ ਓਕੇ ਹਾਂਜੀ ਮੈਂ ਤਾਂ ਲੱਗਦੇ ਤੇ ਭਾਜੀ ਨਹੀਂ ਮੈਂ ਚਲੋ ਹੈਲੋ ਇਹ ਕਰ ਦਿੰਦੇ ਆ ਸ਼ੁਕਰੀਆ ਭਰਾ ਥੈਂਕ ਯੂ ਸੋ ਮੱਚ ਹਾਂਜੀ ਚਲੋ ਮਿਲਦੇ ਆ ਜੀ ਹੈ ਓਕੇ ਵੀਰੇ ਥੈਂਕ ਯੂ ਸੋ ਮੱਚ ਸੰਦੀਪ ਇੱਥੋਂ ਕ੍ਰਾਸ ਕਰ ਸਕਦੇ ਆ ਸਰ ਮਾਜੀ ਕਰੇ ਬਰਮਿੰਗਮ ਹੈਗਾ ਅੱਛਾ ਬਰਮਿੰਗਮ ਚ ਸਭ ਚੱਲਦਾ ਅਸਾਂ ਪੰਜਾਬੀਆ ਜਿੱਥੇ ਪੰਜਾਬੀ ਆ ਗਏ ਤੇ ਧੱਕੇ ਹੀ ਚੱਲਦਾ ਇਹ ਜਿਹੜਾ ਸੋਹਰ ਰੋਡ ਹੈ ਬਰਮਿੰਗਮ ਦਾ ਇਹ ਖਤਮ ਹੋ ਜਾਂਦਾ ਅਤੇ ਤੁਹਾਨੂੰ ਦੱਸਿਆ ਸੀ ਜਿਵੇਂ ਲਾਸਟ ਅਤੇ ਬਿਲਕੁਲ ਗੁਰਦੁਆਰਾ ਸਾਹਿਬ ਹੈਗਾ ਅਤੇ ਇਹ ਸਾਹਮਣੇ ਵਾਲੇ ਪਾਸੇ ਹੈਗਾ ਜਿਹੜੇ ਨਾ ਗੁਰਦੁਆਰਾ ਸਾਹਿਬ ਆ ਉਹ ਅਸੀਂ ਤੁਹਾਨੂੰ ਆਉਣ ਵਾਲੇ ਵਲੌਗ 'ਚ ਘੁਮਾਵਾਂਗੇ ਹੁਣ ਕਿਉਂਕਿ ਅੱਜ ਇੱਕ ਅਸੀਂ ਲੇਟ ਹੋ ਗਏ ਸੀਗੇ ਅਤੇ ਤਾਂ ਕਰਕੇ ਅਸੀਂ ਬਾਕੀ ਸਟੇ ਵੀ ਇੱਥੇ ਹੀ ਕਰਨਾ ਜਿਵੇਂ ਤੁਹਾਨੂੰ ਦੱਸਿਆ ਨਾ ਬਰਮਿੰਗਮ ਦੇ ਵਿੱਚ ਘੁੰਮਣਾ ਹੈਗਾ ਅਤੇ ਅੱਜ ਅਤੇ ਕੱਲ੍ਹ ਅਤੇ ਹੁਣ ਕੱਲ੍ਹ ਨੂੰ ਤੁਹਾਨੂੰ ਜਿਹੜੇ ਹੈਗੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਾਂਗੇ ਅਤੇ ਬਾਕੀ ਤੁਹਾਨੂੰ ਮੈਂ ਦੱਸਾਂ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੋਈ ਇੱਥੇ ਚੱਲੀ ਆ ਜਾਓ ਇੱਕ ਗੱਲ ਦੀ ਬੜੀ ਹੈਰਾਨੀ ਹੋਈ ਕਿ ਵੀ ਬਰਮਿੰਗਮ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਗੁਰਦੁਆਰਾ ਸਾਹਿਬ ਆ 15 ਤੋਂ ਵੱਧ 15 ਸੰਦੀਪ ਹੈਗੇ ਆ ਇੰਨੇ ਕੁ ਹੈ ਨਾ ਹੋਣੇ ਹੈ ਨਾ ਅਤੇ ਮੈਂ ਹੈਰਾਨ ਰਹਿ ਗਿਆ ਯਾਰ ਵੀ ਨਿੱਕੇ ਸ਼ਹਿਰ 'ਚ 15 ਗੁਰਦੁਆਰਾ ਸਾਹਿਬ ਇੰਨੇ ਤਾਂ ਆਪਣੇ ਸ਼ਹਿਰਾਂ 'ਚ ਨਹੀਂ ਹੁੰਦੇ ਜੇ ਤੁਸੀਂ ਲਾਓ ਵੀ ਆਪਣੇ ਨੇੜੇ ਦੇ ਸ਼ਹਿਰਾਂ 'ਚ ਹੈ ਨਾ ਗੁਰਦੁਆਰਾ ਸਾਹਿਬ ਤੇ ਕਿੰਨੇ ਮਰਜ਼ੀ ਨੇ ਪਰ ਕੀਨੀਆ 'ਚ ਜਾਂ ਨਾਇਰੋਬੀ ਵਗੈਰਾ ਐਡੀ ਵੱਡੀ ਰਾਜਧਾਨੀ ਨਾਇਰੋਬੀ 'ਚ 5 ਕੁ ਸੀ ਫਿਰ ਵੀ 6 ਅਤੇ ਇਹ ਸਾਰਾ ਮਸਲਾ ਆਪਸ 'ਚ ਹੁੰਦਾ ਹੈਗਾ ਜੇ ਦੁਬੈਸ ਦਾ ਪ੍ਰਧਾਨਗੀਆਂ ਦਾ ਪ੍ਰਧਾਨਗੀਆਂ ਕਰਕੇ ਇੱਥੇ ਨਵਾਂ ਗੁਰਦੁਆਰਾ ਸਾਹਿਬ ਖੁੱਲ੍ਹ ਜਾਂਦਾ ਅਤੇ ਅਸੀਂ ਹਰ ਕੰਟਰੀ 'ਚ ਦੇਖਦੇ ਹਾਂ ਹਰ ਕੰਟਰੀ 'ਚ ਇੱਦਾਂ ਚੱਲਦਾ ਅਤੇ ਬਾਕੀ ਇਹ ਆ ਵੀ ਸਾਰੇ ਤਾਂ ਨਹੀਂ ਜਿੰਨੇ ਜਿੰਨੇ ਮਸ਼ਹੂਰ ਮੰਦਰ ਵੀ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਜਿਵੇਂ ਤੁਹਾਨੂੰ ਦੱਸਿਆ ਜਿੰਨੇ ਮਸ਼ਹੂਰ ਤੁਹਾਨੂੰ ਦੱਸਿਆ ਗੁਰਦੁਆਰਾ ਸਾਹਿਬ ਅਤੇ ਮੰਦਰ ਸਾਰੇ ਵਿਜ਼ਿਟ ਕਰਾਵਾਂ ਹਾਂਜੀ ਇਹ ਸੋਹ ਰੋਡ ਤੇ ਆਪਣੇ ਜਲੇਬੀਆਂ ਨੇ ਜਿੰਨਾ ਕਰਕੇ ਸੋਹ ਰੋਡ ਮਸ਼ਹੂਰ ਹੈ ਅੱਛਾ ਜੀ ਤੇ ਬਹੁਤ ਟੇਸਟੀ ਜਲੇਬੀਆਂ ਇਹ ਕਿੱਥੋਂ ਨੇ ਇਹ ਵੈਸੇ ਪਾਕਿਸਤਾਨ ਤੋਂ ਆਪਾਂ ਲੈ ਚੀਨ ਅੱਛਾ ਦਿਖਾ ਸਕਦੇ ਆ ਹਾਂਜੀ 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 ਜ਼ਰੂਰ ਲੈ ਬਾਈ ਕਹਿੰਦੇ ਜਲੇਬੀਆਂ ਬਣਾਉਂਦਾ ਕਹਿੰਦੇ ਬਹੁਤ ਮਸ਼ਹੂਰ ਹੈ ਸੋਹ ਰੋਡ ਤੇ ਜਲੇਬੀਆਂ ਵੀ ਬਣਦੀਆਂ ਜੀ ਸੋਹ ਰੋਡ ਤਾਂ ਜੰਮੀ ਪੰਜਾਬ ਵਾਲਿਆਂ ਨੇ ਆਪਦਾ ਖਰੀਦ ਹੀ ਰੱਖਿਆ ਬਾਈ ਜੀ ਕੀ ਹਾਲ ਨੇ ਅੱਛਾ ਕਿੱਥੋਂ ਤੁਸੀਂ ਕਸ਼ਮੀਰ ਤੋਂ ਅੱਛਾ ਬਾਈ ਕਹਿੰਦੇ ਪਾਕਿਸਤਾਨ ਅੱਛਾ ਪਾਕਿਸਤਾਨ ਵਾਲੇ ਕਸ਼ਮੀਰ ਤੋਂ ਠੀਕ ਹੈ ਮੈਂ ਜਾ ਕੇ ਆਇਆ ਵੀਰੇ ਨੀਲਮ ਵੈਲੀ 'ਚ ਹਾਂ ਘੁੰਮ ਕੇ ਆਇਆ ਮੈਂ ਇਹ ਦੇਖੋ ਬਈ ਜਲੇਬੀਆਂ ਕੱਢੀ ਜਾਂਦੇ ਸਿਆਲਾਂ ਸਰਦੀਆਂ ਤਾਂ ਇੱਥੇ ਖਾਣ ਨੂੰ ਵੀ ਬੜਾ ਜੀ ਕਰਦਾ ਹੈ ਨਾ ਗਰਮ ਗਰਮ ਸਮੋਸੇ ਵੀ ਬਣਾਉਣੇ ਵੀਰੇ ਲੈ ਬਈ ਦੋਨੇ ਕੁਛ ਬਣਾਉਂਦੇ ਆ ਵੈੱਜ ਸਮੋਸਾ ਅਤੇ ਵੈੱਜ ਪਕੌੜਾ ਅਤੇ ਬਰਮਿੰਗਮ ਆ ਕੇ ਤੁਹਾਨੂੰ ਕਿਸੇ ਕਿਸਮ ਦਾ ਇਹ ਨਹੀਂ ਲੱਗੂਗਾ ਵੀ ਪੰਜਾਬ ਦੀ ਖੁਸ਼ਬੂ ਪੰਜਾਬ ਦੇ ਖਾਣੇ ਦਾਣੇ ਨਹੀਂ ਮਿਲਦੇ ਕਿਉਂ ਬਾਈ ਜੀ ਜਿਹੜੀ ਚੀਜ਼ ਚਾਹੀਦੀ ਉਹੀ ਮਿਲੂ ਪੰਜਾਬ ਆ ਜਮਾ ਹੈ ਨਾ ਕੀ ਲੈ ਲਿਆ ਪੀਪਾ ਲੈ ਲਿਆ ਇਹ ਪੀਪੇ ਹੀ ਬੜੇ ਸੋਹਣੇ ਆ ਯਾਰ ਕਮਾਲ ਦੇ ਆ ਹਾਂਜੀ ਇਹ ਦੇਖੋ ਕੀ ਆ ਰਿਹਾ ਹਾਂਜੀ ਸੁਣਾ ਦੋ ਜ
ਜਿੰਨੀਆਂ ਨਾ ਫੈਮਿਲੀਜ਼ ਹੈ ਅਤੇ ਉਹਨਾਂ ਦੇ ਮੈਸੇਜ ਆ ਰਹੇ ਹੈ, ਕਹਿੰਦੇ ਅਸੀਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਆਹ ਜਲੇਬੀਆਂ ਨਾਲ ਲੱਗ ਜਾਣ ਤੁਹਾਡੇ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ, ਕੀ ਹਾਲ ਚਾਲ ਹੈ ਜੀ, ਯਾਰ ਅਸੀਂ ਤਾਂ ਇੰਨਾ ਮਿਸ ਕੀਤਾ ਨਾ, ਆਏ ਹਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਅਸੀਂ ਬੁਲਾਣਾ, ਮੈਂ ਕਹਿੰਦਾ ਲੱਕੀ ਹੋ ਗਏ ਭਾਅ ਜੀ, ਅੱਛਾ ਲੱਕੀ ਹੋ ਗਏ। ਇਹ ਜਿਵੇਂ ਪਟਿਆਲੇ ਦੀ ਏਸੀ ਮਾਰਕੀਟ ਹੈ ਨਾ, ਇਹ ਸੋਹੋ ਦਾ ਬਾਜ਼ਾਰ ਆ ਗਿਆ ਅਤੇ ਲਿਖਿਆ ਸੋਹੋ ਬਾਜ਼ਾਰ ਸ਼ੋਪਿੰਗ ਸੈਂਟਰ, ਸਾਰਾ ਇੰਡੀਅਨ ਹੈ, ਇੰਡੀਅਨ ਗਾਣੇ ਚੱਲ ਰਹੇ ਆ, ਅਤੇ ਵੈਸੇ ਅੰਦਰਲੇ ਪਾਸੇ ਜਾ ਸਕਦੇ ਸੀਗੇ ਪਰ ਅੰਦਰ ਮੈਨੂੰ ਲੱਗਦਾ ਕਾਪੀਰਾਈਟ ਦੀ ਪ੍ਰੋਬਲਮ ਆਊਗੀ ਕਿਉਂਕਿ ਗਾਣੇ ਆਹ ਹਾ 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 ਇੱਥੇ ਆ ਕੇ ਪਤਾ ਲੱਗਦਾ ਕਿ ਜਿਹੜਾ ਗਾਣਾ ਸਹੀ ਉਹ ਗਾਇਆ ਹੈਗਾ ਕਿ ਸੋਹ ਰੋਡ ਉੱਤੇ ਮੁੰਡਾ ਮਾਰੇ ਗੇੜੀਆਂ। ਸੋਹ ਰੋਡ ਗੇੜੀਆਂ ਵਾਸਤੇ ਮਸ਼ਹੂਰ ਹੈਗਾ, ਆਲੇ ਦੁਆਲੇ ਤੁਸੀਂ ਦੇਖੋ ਕਿੰਨਾ ਰੌਣਕ ਮੇਲਾ ਆਲਾ ਦੁਆਲਾ, ਸਾਊਥ ਹਾਲ ਵਿੱਚ ਗੱਲਾਂ ਹੋਣ ਦੇ ਰਹੀਆਂ, ਅਤੇ ਜੇ ਕਿਸੇ ਨਾਂ ਆਉਂਦਾ ਹੈਗਾ ਨਾ ਪੰਜਾਬ ਦਾ ਅਤੇ ਮਤਲਬ ਪੰਜਾਬੀ ਗਾਣਿਆਂ ਦੇ ਵਿੱਚ ਬਰਮਿੰਘਮ ਦਾ ਜਾਂ ਸੋਹ ਰੋਡ ਦਾ, ਅਤੇ ਬਾਕੀ ਕੋਈ ਗੱਲਬਾਤ ਹੈਗੀ ਆ ਉਹ ਇੱਥੇ ਆਏ ਤੋਂ ਆਲਾ ਦੁਆਲਾ ਦੇਖੇ ਤੋਂ ਪਤਾ ਲੱਗਦੀ ਹੈ। ਸੋ ਹੁਣ ਅਸੀਂ ਚੱਲੇ ਹਾਂ ਜੀ ਰਾਜ ਭੈਣ ਕੇ ਘਰੇ, ਅਸੀਂ ਰਾਜ ਭੈਣ ਹੀ ਕਹਿੰਦੇ ਹਾਂ। ਜਦੋਂ ਖੁਸ਼ੀ ਪਾਕਿਸਤਾਨ ਗਏ ਸੀ ਨਾ ਪਹਿਲੀ ਵਾਰੀ ਇਕੱਲੇ, ਅਤੇ ਉਦੋਂ ਉਹ UK ਤੋਂ ਆਏ ਹੋਏ ਸੀਗੇ ਅਤੇ ਉਹਨਾਂ ਨੇ ਬਹੁਤ ਖੁਸ਼ੀ ਦੀ ਟੇਕ ਕੇਅਰ ਕੀਤੀ, ਨਾਲ ਰੱਖਿਆ, ਸਾਰਾ ਘੁਮਾਇਆ ਫਿਰਾਇਆ ਆਪਣੇ ਨਾਲ ਹੀ ਉਹਨੇ ਦੇ ਨਾਲ, ਹੈ ਨਾ, ਅਤੇ ਤਾਂ ਕਰਕੇ ਸਾਨੂੰ ਐਂ ਸੀ ਵੀ ਜਦੋਂ ਵੀ UK ਜਾਵਾਂਗੇ ਅਤੇ ਇਹ ਤਾਂ ਸਾਡੀ ਪਹਿਲੀ ਲਿਸਟ 'ਚ ਸੀਗੇ ਵੀ ਉਹਨਾਂ ਨੂੰ ਜ਼ਰੂਰ ਮਿਲ ਕੇ ਆਉਣਾ। ਸੋ ਦੁਪਹਿਰ ਦੇ 1 ਵਜੇ ਦੇ ਫੋਨ ਕਰੀ ਜਾਂਦੇ ਆ ਅਤੇ ਸ਼ਾਮ ਦੇ ਵੱਜ ਕੇ 5 ਕੰਮ ਕਰਦਾ ਉਹੀ ਇੰਡੀਆ ਵਾਲਾ, ਲੇਟ 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 ਅਤੇ ਲੇਟ, ਇੱਕ ਤਾਂ ਘਰੋਂ ਲੇਟ ਨਿਕਲੇ ਅਤੇ ਬਾਕੀ ਘੁੰਮਦੇ ਘੁਮਾਉਂਦੇ ਹੋਰ ਆਲੇ ਦੁਆਲੇ ਸਾਰੇ ਮਿਲਦੇ ਰਹੇ ਤਾਂ ਲੇਟ ਹੋ ਗਈ, ਅਤੇ ਹੁਣ ਘਰੇ ਪਹੁੰਚ ਰਹੇ ਅਤੇ ਅੱਜ ਦੇ ਵਲੌਗ ਦੀ ਸਮਾਪਤੀ ਵੀ ਆਪਾਂ ਉੱਥੇ ਹੀ ਕਰਾਂਗੇ। ਲਓ ਜੀ ਪਹੁੰਚ ਗਏ ਆਪਾਂ ਰਿਸ਼ਤੇਦਾਰਾਂ ਦੇ ਘਰੇ, UK ਵਾਲੇ ਰਿਸ਼ਤੇਦਾਰਾਂ ਦੇ ਘਰੇ। ਆ ਜਾਓ ਜੀ ਨਿਕਲੋ ਬਾਹਰ, ਪ੍ਰਾਹੁਣੇ ਪਹੁੰਚ ਗਏ, ਪ੍ਰਾਹੁਣੇ ਲੇਟ ਆਏ ਆ ਥੋੜੇ ਜਿਹੇ, ਉਹਦੇ ਲਈ ਮਾਫੀ ਮਾਫੀ ਵੱਡੀ ਸਾਰੀ ਲੇਟ ਹੋਣ ਲਈ ਸਾਨੂੰ ਮਿਲਣ ਵਾਲੇ ਬਾਹਲੇ ਸੀ। ਅੱਛਾ ਚਲੋ ਥੈਂਕ ਯੂ, ਸਤਿ ਸ਼੍ਰੀ ਅਕਾਲ ਮਾਤਾ ਜੀ, ਲੈ ਲੈ ਥੈਂਕ ਯੂ ਸੋ ਮਚ। ਹੋਰ ਕਿਵੇਂ ਹੋ, ਕਿੰਨੇ ਦਿਨਾਂ ਦੇ ਦੇਖਦੇ ਸੀ ਅੱਜ ਮਿਲਦੇ ਨੇ, ਹੁਣ ਲੈ ਉਹ ਦੇ ਲੱਗਾ ਆ, ਹੁਣ ਵੀ ਲੱਗ ਬੈਠੇ ਉਹਨਾਂ ਦੀ ਗੱਲਾਂ ਕਰਦੇ ਸੀ ਨਾ, ਹੈਲੋ ਕੀ ਸੇ ਹੈਲੋ ਫਰੈਂਡ, ਮਾਤਾ ਜੀ ਨੂੰ ਤਾਂ ਬਹੁਤ ਅਡੀਕ ਸੀ, ਦਿਸ ਇਜ਼ ਪਾਸਨ ਐਂਡ ਡੌਗ, ਆ ਸਵਿਟਜ਼ਰਲੈਂਡ ਵਾਲੇ ਚੱਲੀ ਜਾਂਦੇ ਨੇ ਵਲੌਗ, ਹੈ ਅਜੇ ਉਹ ਬੱਲੇ ਬੱਲੇ ਬੱਲੇ, ਕੀ ਬਾਤ ਹੈ, ਗੁਰਦੁਆਰਾ ਸਾਹਿਬ ਵਾਲਾ ਚੱਲੀ ਜਾਂਦਾ। ਇਹ ਸਾਬੀ ਭਾਜੀ ਤੁਸੀਂ ਇੱਥੇ ਵੀ ਇੰਗਲੈਂਡ 'ਚ ਚੱਲ ਰਹੇ ਹੋ, ਹਾਂਜੀ ਥੈਂਕ ਯੂ ਜੀ, ਸ਼ੁਕਰੀਆ ਜੀ, ਧੰਨਵਾਦ, ਇੰਨਾ ਪਿਆਰ ਕਰਦੇ ਹੋ ਤੁਸੀਂ, ਪੁੱਤ ਨੇ ਇੰਨਾ ਕੁਛ ਸਾਨੂੰ ਦਿਖਾ ਲਿਆ, ਹਾਂਜੀ ਜਿਹੜਾ ਅਸੀਂ ਦੱਸ ਨਹੀਂ ਸਕਦੇ, ਹਾਂਜੀ ਥੈਂਕ ਯੂ, ਬਹੁਤ ਕੁਛ ਦਿਖਾ ਲਿਆ ਤੁਸੀਂ ਸਾਨੂੰ। ਪੰਜਾਬੀਆਂ ਦੀ ਜੀ ਕਹਿੰਦੇ ਸਮੋਸਿਆਂ ਤੋਂ ਬਿਨਾਂ ਸੇਵਾ ਨਹੀਂ ਹੁੰਦੀ, ਕਿਤੇ ਵੀ ਚੱਲ ਜਾਣਾ ਹੈ ਸਮੋਸੇ ਪੱਕਾ ਹੁੰਦੇ ਆ, ਕਿਉਂ ਮਾਤਾ ਜੀ ਸਹੀ ਗੱਲ ਹੈ ਨਾ ਜੀ, ਭਾਵੇਂ ਪੰਜਾਬ ਰਹੋ ਭਾਵੇਂ ਇੰਗਲੈਂਡ, ਹੈ ਸਮੋਸੇ ਪੱਕਾ ਮਿਲਦੇ ਆ, ਫਿਰ ਪੰਜਾਬੀਆਂ ਦਾ ਖਾਣਾ ਵਧੀਆ ਇਹੀ ਆ। ਹਾਂਜੀ ਅੱਜ ਨਾ ਸਭ ਤੋਂ ਵੱਧ ਚਾ ਚੜਿਆ ਸਾਡੇ ਮਾਂ ਜੀ ਨੂੰ ਵੀ ਘਰੇ ਆਇਆ ਰਿਪਨ ਖੁਸ਼ੀ, ਹੈ ਨਾ ਜੀ, ਬਹੁਤ ਬਹੁਤ ਜ਼ਿਆਦਾ,
ਕਿੰਨਾ ਬਚਾ ਚੜਿਆ। ਮੈਂ ਪਰਮਾਤਮਾ ਨੂੰ ਯਾਦ ਕਰਕੇ ਕਹਿੰਦੀ ਜਿਹੜਾ ਮੈਂ ਰੋਈ ਦੇ ਨੀ, ਮੈਨੂੰ ਅੱਜ ਏਦਾਂ ਹੁੰਦਾ ਵੀ ਪਤਾ ਨੀ ਵੀ ਮੈਂ ਕੁਛ ਹੋਰ ਹੀ ਦੇਖਦੀ ਆ ਹਨਾ, ਇੰਨਾ ਮੈਨੂੰ ਚਾਅ ਆਇਆ ਤੇ ਤੂੰ ਆਇਆ, ਅਸੀਂ ਤੈਨੂੰ ਓਰੀਜਨਲ ਦੇਖਿਆ, ਅੱਗੇ ਅਸੀਂ ਬਲੌਗ ਚ ਦੇਖੀ ਦਾ ਸੀ, ਬਹੁਤ ਚਾਅ ਚੜਿਆ, ਅੱਜ ਓਰੀਜਨਲ ਦੇਖ ਲਿਆ ਹਰੀਪਨ, ਬਹੁਤ ਚਾਅ ਚੜਿਆ, ਜ਼ਿਆਦਾ ਹੀ ਚੜਿਆ। ਚਲੋ ਫਿਰ ਮੈਨੂੰ ਹੁਣ ਲਾਲ ਜਾ ਰਾਣੀ ਜੀ ਵਾਲਾ ਪਾਸਪੋਰਟ ਦਵਾ ਦੋ ਇੱਥੇ ਜੀ। ਓਹਦੇ ਨਾਲ ਬਸ ਮੈਂ ਪਹਿਲਾਂ ਉਹ ਨਾਈਟ ਲਈ ਰਹਿ ਗਈ ਆ, ਹਾਂਜੀ ਹੁਣ ਮੈਂ ਇੱਥੇ ਆਈ ਹਾਂ, ਇੱਥੇ ਵੀ ਮੈਨੂੰ ਉਹਨੇ ਮੰਗਾਇਆ ਆ, ਹਾਂਜੀ ਹਾਂ ਠੀਕ ਹੈ, ਕਦੇ ਮੈਂ ਉਧਰ ਚਲ ਜਾਂਦੀ ਆ ਦੋ ਚਾਰ ਦਿਨ, ਦੋ ਚਾਰ ਦਿਨ ਮੈਂ ਇਹਦੇ ਕੋਲ ਰਹਿ ਲੈਣੀ ਆ, ਹਾਂਜੀ ਤੇ ਬਸ ਏਦਾਂ ਹੀ ਟਾਈਮ ਪਾਸ ਹੋਈ ਜਾਂਦਾ। ਮੈਂ ਹੁਣੇ ਹੀ ਇਹਨੂੰ ਕਹਿੰਦੀ ਹਟੀ ਆ, ਹਾਂਜੀ ਮੇਰਾ ਨਹੀਂ ਦਿਲ ਲੱਗਦਾ, ਕਹਿੰਦੀ ਮੰਮੀ ਕਹਿੰਦੀ ਤੂੰ ਇਦਾਂ ਨਾ ਕਰ, ਕਹਿੰਦੀ ਮੈਂ ਤੈਨੂੰ, ਫਿਰ ਤੁਸੀਂ ਐਂ ਕਰੋ ਅਸੀਂ 10 ਕੁ ਦਿਨ ਤਾਂ ਇੱਥੇ ਹੈਗੇ ਆ, ਤੁਹਾਨੂੰ ਨਾਲ ਤੋਰਦੇ ਫਿਰਦੇ ਆਪਾਂ ਘੁੰਮਦੇ ਫਿਰਦੇ ਆ, ਤੁਹਾਡਾ ਜੀ ਲੱਗਿਆ ਰਹੂ ਸਾਡੇ ਨਾਲ। ਬਸ ਇਹ ਜਿਹੜੇ ਬੱਚੇ ਆ ਨਾ, ਉਹ ਭੈਣ ਜੀ ਨੂੰ ਤੁਹਾਡੀ ਦੀ ਪਤਾ ਹੋਣਾ, ਆਪਾਂ ਇੱਕ ਸਕਿੰਟ ਵੀ ਬੱਚਾ ਇੱਥੇ ਛੱਡ ਨਹੀਂ ਸਕਦੇ, ਨਹੀਂ ਛੱਡ ਸਕਦੇ, ਹਾਂਜੀ ਪੁਲਿਸ ਆ ਜਾਂਦੀ ਹੈ, ਪੁਲਿਸ ਆ ਜਾਂਦੀ ਲੈ ਜਾਂਦੀ ਆ, ਹਾਂਜੀ ਗੁਆਂਢ ਕੰਪਲੀਟ ਕਰ ਦਿੰਦੀ ਆ, ਸਹੀ ਗੱਲ ਵੀ ਨਿਆਣੇ ਇਕੱਲੇ ਆ ਘਰੇ, ਹਾਂ ਨਿਆਣੇ ਇਕੱਲੇ ਆ, ਠੀਕ ਹੈ ਜੀ, ਤਾਂ ਕਰਕੇ ਫਿਰ ਘਰ ਰਹਿਣਾ ਪੈਂਦਾ, ਹੁਣ ਮੈਨੂੰ ਕੰਮ ਕੁੰਮ ਤਾਂ ਕੋਈ ਨਹੀਂ, ਅਸੀਂ ਹੁਣ ਆਉਂਦੇ ਜਾਂਦੇ ਰਹਾਂਗੇ ਨਾ ਤੁਹਾਡੇ ਕੋਲ, ਜਰੂਰ ਜਰੂਰ, ਤੇ ਮਿਲਦੇ ਗਿਲਦੇ ਰਹਾਂਗੇ ਹੁਣ ਤੁਹਾਨੂੰ, ਇੰਨਾ ਹੀ ਚਾਹ ਕਰੂੰ, ਆਏ ਹਾਏ ਆਏ ਹਾਏ, ਇੰਨਾ ਮੈਂ ਹੁਣ ਮੇਰਾ ਪੁੱਤ ਦਾ ਇੰਨਾ ਤਾਂ ਮੈਨੂੰ ਲੱਗਦਾ ਇੰਗਲੈਂਡ 'ਚ ਕਿਸੇ ਨਹੀਂ ਕਰਨਾ ਜਿੰਨਾ ਤੁਸੀਂ ਕੀਤਾ। ਅਸੀਂ ਨਾ ਭੈਣ ਹੋਣਾਂ ਦੇ ਘਰੇ ਸਪੈਸ਼ਲੀ ਧੰਨਵਾਦ ਕਰਨ ਆਇਆ ਸੀ ਮੈਂ ਭੈਣੇ ਤੁਹਾਡਾ, ਤੁਸੀਂ ਇੰਨੀ ਟੇਕ ਕੇਅਰ ਕੀਤੀ ਖੁਸ਼ੀ ਦੀ ਜਦੋਂ ਤੁਹਾਡੇ ਕੋਲ ਸੀ ਨਾ, ਅਸੀਂ ਪਹਿਲੀ ਵਾਰ ਮੈਨੂੰ ਲੱਗਦਾ ਅਲੱਗ ਅਲੱਗ ਹੋਏ ਸੀ ਜਿੱਦਣ ਦੇ ਅਸੀਂ ਮਿਲੇ ਹਾਂ, ਤੇ ਨਹੀਂ ਅਸੀਂ ਇਕੱਠੀ ਜਿੱਥੇ ਜਾਂਦੇ ਇਕੱਠੇ ਜਾਂਦੇ, ਹਾਂ ਹੁਣ ਸਾਰੇ ਖੁਸ਼ੀ ਦੇ ਵਲੌਗ ਚ ਉਦੋਂ ਤੁਹਾਨੂੰ ਦੇਖਿਆ ਹੋਣਾ, ਹਾਂਜੀ ਹਾਂਜੀ, ਜਿੰਨਾ ਅੱਜ ਕਿਸੇ ਦੇ ਨਵਾਂ ਬੱਚਾ ਆਇਆ ਹੋਵੇ ਜਾਂ ਕਿਸੇ ਦਾ ਵਿਆਹ ਹੋਵੇ, ਚਲੋ ਤੁਹਾਡਾ ਸ਼ੁਕਰੀਆ ਜੀ, ਵਾਹਿਗੁਰੂ ਜੀ, ਹਾਂਜੀ ਹਾਂਜੀ, ਪਰ ਮੈਂ ਕਹਿਣਾ ਸੀ ਕੰਗਰਾਈਆਂ ਤੋਂ ਗੁਰਕੀਰਤ ਹੋਣੀ ਤੇ ਜਸਕੀਰਤ ਹੋਣੀ ਤੁਹਾਨੂੰ ਬਹੁਤ ਜ਼ਿਆਦਾ ਦੇਖਦੇ, 5 ਸਾਲ ਦਾ ਬੱਚਾ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਖੁਸ਼ੀ ਹੋ ਰਹੀ ਹੈ ਕੁਝ ਕਹਿ ਦੇ ਗੁਰਕੀਰਤ, ਹਾਂ ਗੁਰਕੀਰਤ, ਅਸੀਂ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਸ ਤੂੰ ਛੋਟਾ ਜਿਹਾ ਨਾ 5 ਸਾਲਾਂ ਦਾ, ਜਦੋਂ ਅਸੀਂ ਇੰਡੀਆ ਆਏ ਜ਼ਰੂਰ ਮਿਲਾਂਗੇ, ਥੈਂਕ ਯੂ ਸੋ ਮਚ, ਤੇ ਬਾਈ ਜੀ ਇੱਥੇ ਦੇ ਬੋਰਨ ਬਰਾਊਟ ਹੈ, ਇਹਨਾਂ ਦੇ ਤੁਹਾਡੇ ਫਾਦਰ ਸਾਹਿਬ ਆਏ ਸੀਗੇ, ਹਾਂਜੀ ਮੇਰੇ ਫਾਦਰ ਸਾਹਿਬ ਆਏ ਸੀ 1960s ਤੇ ਉਹ ਪਹਿਲਾਂ 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 ਸਾਰੇ ਤੋਂ ਆਏ ਆ, ਹਾਂਜੀ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਜੰਮੇ, ਫਿਰ ਤੁਸੀਂ ਇੰਡੀਆ ਜਾਣਾ ਮੰਗਦੇ ਆ, ਚਲੋ ਸ਼ੁਕਰੀਆ, ਹਾਂਜੀ ਇਹ ਸਾਡੇ ਸਕੇ ਆ, ਹਾਂਜੀ ਜਿਹੜੇ ਉਹ ਤੁਹਾਡਾ ਬਲੌਗ ਦੇਖਦੇ, ਮੈਨੂੰ ਕਹਿੰਦੇ ਅਸੀਂ ਖੁਸ਼ੀ ਰਿਪਨ, ਮੈਂ ਕਿਹਾ ਉਹ ਤਾਂ ਸਾਡੇ ਹੀ ਆ, ਹਾਂਜੀ ਪਿੰਡੇ ਹੋਣੀ, ਹਾਂਜੀ ਤਾਂ ਮੈਂ ਕਿਹਾ ਸਾਡੇ ਹੀ ਆ, ਤੁਹਾਡੀ ਆ ਆਪਣਿਆਂ ਦੀ ਮਾਣ ਹੁੰਦਾ, ਉਹ ਵੀ ਸਾਡੇ ਹੀ ਆ ਬੱਚੇ, ਹਾਂਜੀ ਉਹ ਕੀ ਸਾਡੇ ਸਕੇ ਆ, ਇਹ ਦੇਖੋ ਨਿਆਣਾ ਜਿਹਾ ਬੱਚਾ, ਇਹ ਵੀ ਗਏ ਸੀ ਪਾਕਿਸਤਾਨ, ਹਾਂ ਜੀ ਇਹ ਵੀ ਗਏ, ਹਨਾ ਉਹਦੇ ਛੋਟੀ ਜਿਹੀ, ਉਹਦੇ ਤਾਂ ਪੰਜਾਬੀ ਬੋਲਦੇ ਆ, ਪੰਜਾਬੀ ਬੋਲਦੇ ਆ, ਕਿਹਦਾ ਹੈਲੋ ਕਹ, ਸਤਿ ਸ੍ਰੀ ਅਕਾਲ ਕਰ ਦੋ, ਕਿਰਤ ਕਹ ਦੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕਰ ਦੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਹੀ ਕਹ ਦੇ, ਸੰਗਦੀ ਆ ਸੰਗਦੀ ਥੋੜੀ।
ਸੋ ਇਹ ਸੀ ਬਈ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਬਰਮਿੰਗਮ ਘੁਮਾਉਣਾ ਸੀਗਾ ਤੇ ਬਰਮਿੰਗਮ ਵਾਲੀ ਅਸੀਂ ਆਪਣੀ ਭੈਣ ਦੇ ਇੱਕ ਹੋਰ ਭੈਣ ਦੇ ਘਰੇ ਆਉਣਾ ਸੀ। ਮੰਜੇ ਮੁੰਜੇ ਡਾਹੋਂਗੇ ਹੁਣ ਮੰਜੇ ਹੈਗੇ ਆ ਪ੍ਰਾਹੁਣੇ ਨੇ ਇੱਥੇ ਰਹਿਣਾ ਨਹੀਂ ਬਾਈ ਅਸੀਂ ਇੱਕ ਦੋ ਹੋਰ ਫੈਮਲੀਜ਼ ਆ ਤੇ ਉਹਨਾਂ ਦੇ ਜਾਣਾ ਹੁਣ ਤੇ ਬਾਕੀ ਕੱਲ੍ਹ ਤੋਂ ਹੁਣ ਅੱਗੇ ਦਾ ਵਲੌਗ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਜਿਹੜੀਆਂ ਬਰਮਿੰਗਮ ਦੀਆਂ ਚੀਜ਼ਾਂ ਰਹਿੰਦੀਆਂ ਗੁਰਦੁਆਰਾ ਸਾਹਿਬ ਰਹਿੰਦੇ ਆ ਜਾਂ ਹੋਰ ਆਲਾ ਦੁਆਲਾ ਉਹ ਤੁਹਾਨੂੰ ਆਉਣ ਵਾਲੇ ਵਲੌਗ 'ਚ ਅਸੀਂ ਦਿਖਾਵਾਂਗੇ। ਸੋ ਮਿਲਦੇ ਹਾਂ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫਿਰ ਇੰਗਲੈਂਡ ਤੋਂ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰੱਖਾ ਸਾਰਿਆਂ, ਸਤਿ ਸ਼੍ਰੀ ਅਕਾਲ ਕਰ ਦਿਓ ਜੀ, ਬਾਏ 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 ਬਾਏ।